ਸਰਬਤ ਗੁਰਦੁਆਰਿਆਂ ਦਾ ਧਿਆਨ ਤਰੀਕੇ ਬੋਲੋ ਜੇ ਰਾਤ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਝੰਡੇ ਪੁੱਗੇ ਯੁਗਤ ਪਿਆ ਟਲ ਧਰਮ ਕਾ ਜੈ ਜੈਕਾਰ ਬੋਲੋ ਜੇ ਸਿੱਖਾਂ ਦਾ ਮੰਨਣੀਆਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਣ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਆਪ ਵਾਹਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ ਹਨ ਸਜੋ ਦੀਵਾਨ ਅੰਦਰ ਆਪ ਜੀ ਦੀ ਅਮਰਤਾਈ ਬਾਣੀ ਸ੍ਰੀ ਆਸ਼ੀਰਵਾਦ ਜੀ ਦੇ ਛੱਕੇ ਛੰਦ ਸੰਪੂਰਨ ਹੋ ਪਏ ਹਨ ਆਪ ਜੀ ਦੇ ਇਲਾਹੀ ਬਾਣੀ ਦੇ ਕੀਰਤਨ ਹੋਏ ਹਨ ਪਾਤਸ਼ਾਹ ਜੀ ਸਾਹਿਬ ਜੀ ਅਖੰਡ ਪਾਤਸ਼ਾਹ ਜੀ ਦੇ ਹੋ ਪਏ ਹਨ ਆਨੰਦ ਸਾਹਿਬ ਜੀ ਦੇ ਛੇ ਪੌੜੀਆਂ ਚ ਕੀ ਅਰਦਾਸ ਹੈ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦੇ ਆਪ ਜੀ ਦੇ ਬੱਚਿਆਂ ਪਾਸੋਂ ਅਨੇਕਾਂ ਪ੍ਰਕਾਰਾਂ ਦੀਆਂ ਬੇਅੰਤ ਹੋਈਆਂ ਭੁਲਾਂ ਚੁੱਕਾਂ ਦੀ ਮਾਫ਼ੀ ਪੇਸ਼ ਕਰਨੀ ਅੱਗੇ ਤੋਂ ਸਮਤ ਪੇਸ਼ ਕਰਨੀ ਗੁਰਬਾਣੀ ਦਾ ਪਾਠ ਦਰ ਕਰ ਆਈ ਸਮੂਸਤਾਂ ਦੇ ਦਿਨ ਸਾਵਣਾ ਸਮੂਹ ਸਤਨ ਆਪਣੇ ਦਰੋਂ ਕਰੋ ਨਾਮ ਦੀ ਲਾਜ ਗੁਰਸਿੱਖੀ ਵਾਲਾ ਜੀਵਨ ਚੜ੍ਹਦੀ ਕਲਾ ਪੇਸ਼ ਕਰਨਾ ਸਤਿਗੁਰੂ ਨਾਨਕ ਪ੍ਰਗਟਿਆ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛੇ ਪਰਸੋਂ ਸ੍ਰੀ ਅਕਾਲੀ ਬਾਣੀ ਸਾਹਿਬ ਚ ਅਖੰਡ ਪਾਠ ਸਮਰਪਿਤ ਹੋਏ ਸਨ ਆਪ ਜਾਣਦੇ ਹੋ ਕਿਰਪਾ ਕਰੋ ਬੱਚਿਆਂ ਦੇ ਸੀਸ ਤੇ ਆਪਣਾ ਮਿਰਖ ਕਰਨਾ ਸ਼ੁਭ ਮਨੋਕਾਮਨਾ ਪੂਰੀਆਂ ਕਾਰਜ ਰਾਸ ਕਰਨੇ ਹਰ ਪ੍ਰਕਾਰ ਦੀ ਰੱਖਿਆ ਅਤੇ ਸਹਿਤਾ ਵਿੱਚ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਅੰਬਸ਼ ਕਰਨਾ ਹਰ ਵਿਧਾਨ ਚ ਫਤਿਹ ਬਸ਼ ਕਰਨੀ ਹਰ ਪ੍ਰਕਾਰ ਦੀ ਰੱਖਿਆ ਅਤੇ ਸਹਾਇਤਾ ਆਪ ਬਸ਼ ਕਰਨੇ ਚ ਸਤਿਗੁਰੂ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਛਤਰ ਛਾਇਆ ਹੇਠ
ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਤਸ਼ਾਹ ਜੀ ਉਹ ਨਨਕਾਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਕਿਰਪਾ ਕਰਨੀ ਸੰਗਤਾਂ ਦੇ ਅਸੀਸ ਤੇ ਆਪਣਾ ਮੇਰਾ ਪੁੱਟਣਾ ਰਾਏ ਪਿੰਡ ਅੰਸੰਗ ਸਹਾਈ ਹੋਣਾ ਅੰਸੰਗ ਸਹਾਇਤਾ ਕਰਨੀ ਚੜ੍ਹਦੀ ਕਲਾ ਅਮਰਜ ਕਰਨਾ ਚ ਸਤਿਗੁਰੂ ਜੀ ਆਪ ਜੀ ਦੇ ਬੇਅੰਤ ਪ੍ਰੇਮੀਆਂ ਵੱਲੋਂ ਅਰਦਾਸਾਂ ਬੇਨਤੀਆਂ ਹਨ ਜਿਨ੍ਹਾਂ ਦੇ ਨਾਮ ਆਪ ਜਾਣਦੇ ਹੋ ਕਿਰਪਾ ਕਰੋ ਸਭ ਦੀਆਂ ਸਮੂਹ ਮਨੋਕਾਮਨਾ ਪੂਰੀਆਂ ਕਾਰਜ ਅਰਦਾਸ ਕਰਨੇ ਚੜ੍ਹਦੀ ਕਲਾ ਅਮਰਜ ਕਰਨਾ ਆਪ ਜੀ ਦੇ ਪ੍ਰੇਮੀਆਂ ਵੱਲੋਂ ਆਪ ਜੀ ਦੇ ਸੋਹਣੇ ਸਰੂਪ ਲਈ ਰੁਮਾਲੇ ਛਕੇ ਭੇਟ ਕੀਤੇ ਗਏ ਹਨ ਰੁਮਾਲੇ ਅੰਗੀਕਾਰ ਕਰਨੇ ਕਾਲ ਪਿੰਡ ਦੂਰ ਕਰਨੇ ਸੁਪਰ ਦੂਰ ਕਰਨੇ ਚ ਸਤਿਗੁਰੂ ਜੀ ਸਿੱਖਾਂ ਦੀ ਮਹਾਨ ਸਮੋਹ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਅੰਤ ਸੇਵਾਦਾਰ ਆਪ ਜੀ ਦੇ ਅਸਥਾਨ ਤੇ ਹਾਜ਼ਰੀਆਂ ਭਰਦੇ ਅਰਦਾਸਾਂ ਬੇਨਤੀ ਕਰਵਾ ਰਹੇ ਕਿਰਪਾ ਕਰਨੀ ਤਿਨਾਂ ਦੇ ਸੀਸ ਤੇ ਆਪਣਾ ਮੇਰਾ ਪੁੱਟਣਾ ਆਪ ਜੀ ਦੀ ਬਖਸ਼ਿਸ਼ਦਾਤਾ ਵਿੱਚੋਂ ਆਪ ਜੀ ਦੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਦੀ ਆਗਿਆ ਵਿਸ਼ ਕਰਨੀ ਇਸ ਕਾਲ ਜੀ ਆਪਣਾ ਪਾਵਨ ਪਵਿੱਤਰ ਪ੍ਰਮਾਣ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰਨ ਦੀ ਕਿਰਪਾਲਤਾ ਕਰੋ ਸਹੀ ਪਿਆਰੇ ਗੁਰਮੁਖ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਰਾ ਆਗਿਆ ਪਈ ਅਕਾਲ ਕੀ ਕਰਮ ਨਾ ਜਾਣਾ
सार न जाना तेरे सब ते बड़ा सतगुर नानक जिन कल राखी मेरे सुनी अरदास स्वामी मेरा सर्व कला बणियाई प्रगट भए सगले जुग अंतर गुरु नानक की वडियाई भलियो चिराग अंधियार मह सब काल उदरी एक नाम धर्म प्रगट सगल हर पवन मह जन नानक गुर पार ब्रह्मा सुख टल गुर सेवियै गुरु जन्म मरण दुख जाय हुए सिफ तख सम्मनि गुर अरसों गुर सों तुद डिठे सच्चे पातशाह मल जन्म जन्म दी कटिया सजना सच्चा पातशाह सिरसा हाँ जिस पास बैठिया सोही प्रतपाला सग
जी संग रखवाला हर दिन रैन कीर्तन गाइया पवित्र हजूरी के सुभावान
गुरु खालसा सत्संग जी सब तो पहले आओ गुरु फिर निशान करिए कोई रस्म बाजी ना रवे राजवंत की फतेह बुलाना जी वाहेगुरु जी का खालसा वाहेगुरु जी की फतेह। तेरे सत्संग जी नगर कीर्तन तैयारी हो रही है और 550 साल प्रकाश गुरु समर्पित आपा सारे आए हैं लेकिन जिन्हें फतेह की आवाज आनी चाहिए जवाब तो नहीं है। मैं बेनती करा ये हाल जरा सब गुजरना चाहिए कृपा कर जा वाहेगुरु जी का खालसा वाहेगुरु जी की फतेह। बहुत बड़े भागा वाले हो जो दूर रहे देशों विदेशों को सतगुरु जी पावन हजूरी च गुरु नानक पातशाह ने पवित्र गोदा नित प्राप्त कर रहे हो। गुरु पातशाह ने महान वचन लिखे समय था नहीं तुल जेहिया बदो पुरख मिलाते तातु सोहिया। ऐसी महान पावन धरती को जो गुरु पातशाह ने पवित्र दर कर दे सचखंड श्री हरिमंदर साहब ने अति सत्कार योग ग्रंथी साहिब ज्ञान जी तार सिंह जी श्री अकाल तख्त साहब ने जथेदार ज्ञान हरप्रीत सिंह जी अते उस तो इलावा बहुत ही मानयोग हस्तियां श्रोमणी गुरुद्वारा प्रबंधक कमेटी के प्रधान भाई साहब भाई गोबिंद सिंह लांगोवाल प्रबंधक कमेटी के प्रधान सरदार मंजन सिंह सरसा श्रोमणी कमेटी के बहुत सारे जो मैंबरान महान हस्तियां पहुंचिया हैं सो सब का तह दिल से धन्यवाद करते हुए पाकिस्तान सिख गुरुद्वारा प्रबंधक कमेटी सूबेवार मैंबरान वालों पाकिस्तान सिख गुरुद्वारा प्रबंधक कमेटी के प्रधान सरदार सतपंत सिंह जी वालों आईया समूह संगतां दा तहे दिल तों धन्नवाद जिहां नूं आखदे होए गुरफरी निशान करदे हां वाहिगुरू जी का खालसा वाहिगुरू जी की फतेह। माफी चाहना क्योंकि जो जत्था पहुंचा उहदे विच बहुत ही सत्कार हस्तियां आईयां ने श्री पटना साहब तों जथेदार साहिब हजूर साहब तों निहंग सिंह जथेबंदियां होर बहुत सारी सत्कार हस्तियां आईयां ने सो मैं माफी चाहवां बहुत सारे नाम विच रह जांदे हन। सो अगली दी जो कार्रवाई स्टेज दी मैं बेनती करा सत्कारयोग पाकिस्तान सिख गुरुद्वारा प्रबंधक कमेटी ने जो मेंबर डॉक्टर महिपाल सिंह जी नु स्टेज ते आके जो स्टेज अगली कार्रवाई उस नु आरंभ कर दी डॉक्टर महिपाल सिंह जी समूचे जगत को साहिब श्री गुरु नानक देव जी महाराज जी के 550वें पावन पवित्र प्रकाश पुरब की आरंभता ली लखां करोड़ां अते अरबां वारी वधाई 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 देंदा हां। पहले पातशाही धन धन साहिब श्री गुरु नानक देव जी महाराज जिस वेले अपनी बाणी दा रचन दसदे हन तां ओह गुरबाणी दी आरंभता एक लफज तो करदे हन और वो लफज है तो गुरबाणी का लफज एक ओंकार एक परमात्मा की जात और फिर एक ही रब के मनन वाली पूरी दुनिया और फिर इसी गल नूं अगे टोड़दे आं गुरु नानक देव जी महाराज ने सिर्फ गल की सी एकता की इतफाक की हमेशा जोड़न की कभी तोड़न की गल नहीं की और फिर शायद उस समय तक बीतता गया वक्त गुजरता गया पर समय गुरु नानक देव जी महाराज ने एक ऐसा फिर लियाया कि जिस वेले करतारपुर साहब दे विच गुरु नानक देव जी महाराज अपनी जिंदगी दे 17-18 वर्ष गुजरदे तो बाद जिस वेले ज्योति जोत समांदे आ त
ਤਾਂ ਉਸ ਵੇਲੇ ਦੀ ਲੜਾਈ ਨੂੰ ਮੁਕਾਉਣ ਵਾਸਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਤੋਂ ਸਭ ਤੋਂ ਜਾਂਦੇ ਹਨ, ਪਰ ਕਿਸੇ ਨੂੰ ਲੜਨ ਨਹੀਂ ਦਿੰਦੇ। ਔਰ ਉਹੀ ਕਰਤਾਰਪੁਰ ਸਾਹਿਬ ਅੱਜ ਦੋ ਮੁਲਕਾਂ ਨੂੰ ਜੋੜਨ ਦੀ ਜਿੱਥੇ ਗੱਲ ਕਰਦਾ ਹੈ, ਅਗਰ ਅੱਜ ਅਸੀਂ ਸੋਚੀਏ, ਮੈਂ ਧੰਨਵਾਦੀ ਹਾਂ ਪਾਕਿਸਤਾਨੀ ਗੌਰਮੈਂਟ ਦਾ, ਮੈਂ ਧੰਨਵਾਦੀ ਹੈ ਰੈਡੀਓ ਟ੍ਰਸਟ ਕਾਫੀ ਬੋਰਡ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪਰ ਮਤਾ ਹੀ ਭੁੱਲ ਜਾਣਾ ਕਿ ਕਮਾਲ ਤਾਂ ਮੇਰੇ ਗੁਰੂ ਸਾਹਿਬ ਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕਿ ਜਿਹਨੇ ਅੱਜ ਫਿਰ ਜੋੜਨ ਦੀ ਗੱਲ ਕਰਕੇ ਅਤੇ ਇੱਕ ਵਾਰੀ ਫਿਰ ਦੋਵਾਂ ਦਿਲਾਂ ਨੂੰ ਮਿਲਾਇਆ। ਇਹਨਾਂ ਨੂੰ ਮਿਲਣ ਵਾਸਤੇ, ਇਹਨਾਂ ਨੂੰ ਦੇਖਣ ਵਾਸਤੇ ਸ਼ਾਇਦ ਸਾਡੇ ਕੋਲ ਬੀਬੀਸੀ ਪੰਜਾਬੀ ਚੈਨਲ ਹੀ ਰਹਿ ਗਿਆ ਸੀ, ਪਰ ਅੱਜ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਕੂਕਰ ਹੋਣ ਦੇ ਨਾਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਦਿਆ, ਤੇ ਅੱਜ ਮੈਂ ਕਹਿ ਸਕਦਾ ਹਾਂ ਕਿ ਹਾਂ, ਸਾਡੀ ਸੁਪਰੀਮ ਪਾਵਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਹੱਥ ਗ੍ਰੰਥੀ, ਸਾਡੇ ਵੱਡੇ ਵੱਡੇ ਪ੍ਰਚਾਰਕ ਸਮੂਹ ਜਥੇਬੰਦੀਆਂ ਕੀਰਤਨ ਦੀਆਂ, ਔਰ ਫਿਰ ਮੈਂ ਨਾ ਭੁੱਲਦਾ ਜਾਵਾਂ ਕਿ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ, ਇਸਤਰੀ ਦੇ ਵਿੱਚ ਲਿਖਿਆ ਜਾਏਗਾ ਕਿ ਇੱਕ ਵਾਰੀ ਪਹਿਲੀ ਵਾਰੀ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਅਤੇ ਸਾਰੇ ਜਿਹੜੇ ਸਾਡੇ ਕੋਲ ਪਹੁੰਚੇ ਹਨ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਤੇ। ਸਿੱਖ ਕੌਮ ਨੂੰ ਅੱਜ ਜਿਸ ਚੀਜ਼ ਦੀ ਲੋੜ ਹੈ ਉਹ ਹੈ ਏਕਤਾ ਦੀ। ਸਿੱਖ ਕੌਮ ਨੂੰ ਅੱਜ ਜਿਸ ਚੀਜ਼ ਦੀ ਲੋੜ ਹੈ ਉਹ ਇਤਫਾਕ ਦੀ ਹੈ। ਕਿਉਂ? ਕਿਉਂਕਿ ਸਿੱਖ ਕੌਮ ਜਿੰਨੀ ਕੁ ਟੁੱਟੀ ਹੋਈ ਹੈ, ਮੈਂ ਸ਼ਾਇਦ ਆਪਣੇ ਦਿਲ ਦੀ ਗੱਲ ਕਰਾਂ ਕਿ ਉਹਨਾਂ ਹੀ ਇਹਨੂੰ ਜੋੜਨ ਵਾਸਤੇ ਅਗਰ ਕਿਸੇ ਨੇ ਕੁਛ ਕਰਨਾ ਹੈ ਤੇ ਅੱਜ ਉਹ ਦਿਨ ਹੈ ਕਿ ਆਪਾਂ ਇਹ ਸਾਰਾ ਕੁਛ ਕਰ ਸਕਦੇ ਹਾਂ। ਸੋ ਪਿਆਰੀ ਸਾਜੀਵਾਂ ਜੀ, ਸਾਧ ਸੰਗਤ ਜੀ, ਜਿਵੇਂ ਕਿ ਸਾਡੇ ਹੈਡ ਗ੍ਰੰਥੀ ਸਾਹਿਬਾਨ, ਮੈਂ ਇਹ ਵੀ ਕਰ ਜਾਵਾਂ ਕਿ ਸਾਡਾ ਸਾਰਾ ਕੁਛ ਸਾਡੇ ਗੁਰਦੁਆਰਾ ਜਨਮ ਅਸਥਾਨ ਪਾਕਿਸਤਾਨ ਦੇ ਸਮੂਹ ਗੁਰਦੁਆਰਿਆਂ ਦੇ ਹੈਡ ਗ੍ਰੰਥੀ ਸਾਹਿਬਾਨ, ਜੋ ਕਿ ਅੱਜ ਇੱਥੇ ਸਾਡੇ ਕੋਲ ਪਹੁੰਚੇ ਹਨ। ਤੁਸੀਂ ਸੋਚੋ ਕਿ ਗੁਰਦੁਆਰਾ ਜਨਮ ਅਸਥਾਨ ਦਾ ਹੈਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ, ਇਹ ਸਾਰੇ ਇੱਕ ਜਗ੍ਹਾ ਤੇ ਅੱਜ ਆ ਕੇ ਲੱਗੇ ਹੋਏ ਹਨ। ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਰਚਨਾ ਰਚੀ ਹੈ ਤੇ ਇਹਨੂੰ ਅਸੀਂ ਨਾ ਭੁੱਲ ਸਕਦੇ ਹਾਂ ਤੇ ਨਾ ਅਸੀਂ ਇਹਨੂੰ ਭੁੱਲਣ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਤੱਕ ਸਾਡੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਜਿੱਥੇ ਗਵਰਨਮੈਂਟ ਆਫ ਪਾਕਿਸਤਾਨ ਦੀ ਗੱਲ ਹੈ, ਜਿੱਥੇ ਰੈਡੀਓ ਟ੍ਰਸਟ ਟ੍ਰਾਫੀ ਬੋਰਡ ਦੀ ਗੱਲ ਹੈ, ਅੱਜ ਤੁਸੀਂ ਦੇਖਿਆ ਹੋਏਗਾ ਕਿ ਸਾਡੇ ਚੇਅਰਮੈਨ ਸਿੱਖ ਕੌਮ ਹੈ ਕਿ ਜਿਹਨਾਂ ਨੇ ਲੈ ਕੇ ਵੀ ਦੇਖਿਆ ਤੇ ਜਿਹਨਾਂ ਨੇ ਦੇਖ ਕੇ ਵੀ ਦੇਖਿਆ। ਸੋ ਪਿਆਰੀ ਸਾਜਨੀਵਾਲ ਜੀ, ਸਾਧ ਸੰਗਤ ਜੀਓ, ਕਿਉਂਕਿ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾ ਹੈ, ਬਹੁਤ ਸਾਰੀਆਂ ਤਕਰੀਰਾਂ ਇੱਥੇ ਹੋਣੀਆਂ ਹਨ ਤੇ ਸਾਰਿਆਂ ਨੂੰ ਆਪਾਂ ਜਿਹੜੀਆਂ ਨੇ ਸਿਰਫ ਕਾਪੀ ਦੇਣੇ ਹਨ, ਪਰ ਮੈਂ ਸਾਰਿਆਂ ਦਾ ਨਾਮ ਨਾ ਲੈ ਸਕਦੇ ਹੋਇਆਂ ਇੱਕ ਵਾਰੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਜਥੇਬੰਦੀਆਂ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਸਮੂਹ ਸਾਡੀਆਂ ਆਪ ਸਾਰੇ ਸਿੱਖ ਕੌਮ ਦੀ ਗੱਲ ਕਰਦਾ ਤੇ ਫਿਰ ਮੇਰਾ ਖਿਆਲ ਹੈ ਕਿ ਆਪਾਂ ਸਾਰੇ ਸਿੱਖ ਕੌਮ ਦੇ ਵਿੱਚ ਆਉਂਦੇ ਹਾਂ ਕਿਉਂਕਿ ਆਪਾਂ ਸਾਰੇ ਸਿੱਖ ਕੌਮ ਦੇ ਵਿੱਚ ਸ਼ਾਮਲ ਹੈ। ਸੋ ਮੈਂ ਆਪ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹੋਇਆਂ ਆਪ ਸਾਰਿਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਜਨਾਬ ਇਮਰਾਨ ਖਾਨ ਸਾਹਿਬ, ਜਨਰਲ ਕਮਰ ਜਾਵੇਦ ਬਾਗਾ ਸਾਹਿਬ ਵੱਲੋਂ, ਰੈਡੀਓ ਟ੍ਰਸਟ ਕਾਫੀ ਬੋਰਡ ਚੇਅਰਮੈਨ ਰੈਡੀਓ ਟ੍ਰਸਟ ਕਾਫੀ ਬੋਰਡ ਵੱਲੋਂ ਜਿਹਨਾਂ ਨੂੰ ਆਪਦੇ ਹੋਇਆਂ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਸਮੁੱਚੀ ਸਿੱਖ ਸੰਗਤ ਦਾ ਅਤੇ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਦਾ ਕਿ ਜਿਹਨਾਂ ਨੇ ਜਿੰਨਾ ਕੁ ਪਿਆਰ ਸਾਡੇ ਅੱਜ ਇਸ ਜਥੇ ਨੂੰ ਦਿੱਤਾ ਹੈ।
मैं यही जज्बा यही जोश 550 भरे च देखांगा कि साडे स्थान साडा सारा कुछ इन्हां संगतां वास्ते वारी जावे ते आपां इन्हां वास्ते जिन्ना कुछ कर सकते होवांगे। साडे प्रधान साहब साडे जनरल सैकटरी सरदार रणजीत सिंह तुहानूं इहदे बारे डिटेल च दस्सणगे ते इक वारी फिर जिहड़ी साडे गुरु संगतां आईआं टी बाबा तो सिद्ध तों अते पिशावर सिंह संगत आई है ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦਿਆਂ ਹੋਇਆਂ ਖਾਸ ਤੌਰ 'ਤੇ ਡੀ ਪੀ ਓ ਨਨਕਾਣਾ ਸਾਹਿਬ ਰਾਜਾ ਮਨਸੂਰ ਸਾਹਿਬ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਿਆਂ ਮੈਂ ਬੇਨਤੀ ਕਰਾਂਗਾ ਸਰਦਾਰ ਰਣਜੀਤ ਸਿੰਘ ਜਨਰਲ ਸਕੱਤਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿ ਉਹ ਆਉਣ ਅਤੇ ਅੱਗੇ ਦੇ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਟੁਰਨ ਉਹੀਆਂ ਪੁਲਾਂ ਚੁੱਕਾ ਲਿਖੇਵਾਂ ਅਤੇ ਇੱਕ ਬੇਨਤੀ ਸ਼ਾਇਦ ਮੈਂ ਭੁੱਲਿਆ ਖਾਸ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹ ਮੇਰੀ ਬੇਨਤੀ ਪ੍ਰਵਾਨ ਕਰਨਗੇ ਕਿ ਸਾਡੀ ਹੋਰ ਕੋਈ ਵਿਤਕਰਾ ਨਹੀਂ ਹੈ ਜਥੇਦਾਰ ਸਾਹਿਬ ਸਾਨੂੰ ਸਾਡੇ ਪੁਰਬ ਇੱਕ ਦਿਨ ਦੇ ਕਰ ਦਿਓ ਸਾਡੇ ਸਾਡੇ ਜਿੰਨੇ ਵੀ ਇਹ ਅਸਥਾਨ ਨੇ ਕਿਉਂਕਿ ਜਦੋਂ ਤੁਸੀਂ ਉੱਥੇ ਗੁਰਪੁਰਬ ਮਨਾਉਂਦੇ ਹੋ ਤੁਹਾਨੂੰ ਮੁਸ਼ਕਿਲ ਨਹੀਂ ਹੈ। ਬੀਇੰਗ ਅ ਡਾਕਟਰ ਜਦੋਂ ਮੈਂ ਮਨਿਸਟਰੀ ਦੇ ਵਿੱਚ ਰਿਕੁਐਸਟ ਕਰਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਛੁੱਟੀ ਦੇ ਦਿਓ ਅਤੇ ਉਹ ਕਹਿੰਦੇ ਨੇ ਇੱਕ ਦਿਨ ਤੁਹਾਨੂੰ ਹਰ ਸਾਲ ਛੁੱਟੀ ਹੋਏਗੀ ਪਰ ਉੱਥੇ ਮੈਂ ਸ਼ਰਮਾ ਜਾਂਦਾ ਕਿ ਮੈਂ 12 ਨਵੰਬਰ ਦੱਸਾਂ ਮੈਂ 14 ਨਵੰਬਰ ਦੱਸਾਂ ਮੈਂ 16 ਨਵੰਬਰ ਦੱਸਾਂ। ਸੋ ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ ਖਾਸ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਮੇਰੀ ਇਸ ਬੇਨਤੀ ਨੂੰ ਉਹ ਜ਼ਰੂਰ ਪ੍ਰਵਾਨ ਕਰਨਗੇ। ਸਾਨੂੰ ਇੱਕ ਐਸਾ ਕੈਲੰਡਰ ਜਿਹਦੇ 'ਤੇ ਪੂਰੀ ਕੌਮ ਦੀ ਅਗਵਾਈ ਹੋਵੇ ਅਤੇ ਸਾਨੂੰ ਦਿਨਾਂ ਦੇ ਵਿੱਚ ਕੋਈ ਤਫਰਕਾ ਨਾ ਹੋਵੇ ਅਤੇ ਕਿਸੇ ਕੌਮ ਨੂੰ ਜੋੜਨ ਦੀ ਗੱਲ ਹੋਏਗੀ ਅਤੇ ਮੈਂ ਆਸ ਰੱਖਦਾ ਕਿ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆਂ ਕੋਈਆਂ ਪੁਲਾਂ ਚੁੱਕਾਂ ਦੀ ਕਿਮਾ ਆਪ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਕਿਸਤਾਨ ਵਿਖੇ ਜੁੜਵੇ ਬੈਠੀ ਸਾਧ ਸੰਗਤ ਜੀ ਪਿਆਰ ਵਿੱਚ ਆਓ ਪਿਆਰ ਭਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਬੇਨਤੀ ਹੈ ਜਿਹੜੇ ਮੀਡੀਆ ਦੇ ਸਾਡੇ ਦੋਸਤ ਨੇ ਮੀਡੀਆ ਦੇ ਦੋਸਤਾਂ ਤੋਂ ਇਲਾਵਾ ਸਾਰੀ ਸੰਗਤਾਂ ਦੇ ਚੰਨਾਂ ਦੀ ਬੇਨਤੀ ਹੈ ਕਿ ਉਹ ਆਪਣੀ ਜਗ੍ਹਾ ਤੇ ਬੈਠ ਜਾਣ ਕਿਰਪਾ ਕਰਕੇ ਤਾਂ ਕਿ ਜਿਹੜੇ ਬੈਠੇ ਲੋਕ ਨੇ ਉਹ ਤਸੱਲੀ ਨਾਲ ਗੱਲ ਸੁਣ ਸਕਣ ਜੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਗ੍ਰੰਥੀ ਸਿੰਘ ਸ੍ਰੀ ਦਰਬਾਰ ਸਾਹਿਬ ਜੀ ਗੋਬਿੰਦ ਸਿੰਘ ਲੌਂਗਵਾਲ ਜੀ ਪ੍ਰਧਾਨ ਡਾਕਟਰ ਪਵਿੰਦਰ ਸਿੰਘ ਜੀ ਪਸਰੀਜਾ ਹਜ਼ੂਰ ਸਾਹਿਬ ਜਿਹੜੇ ਡੀ ਪੀ ਪੀ ਰਿਟਾਇਰ ਨੇ ਮਹਾਰਾਸ਼ਟਰਾ ਦੇ ਹੋਰ ਬੇਅੰਤ ਸੰਗਤਾਂ ਸਾਡੇ ਕੋਲ ਆਈਆਂ ਹਨ ਮੇਰੇ ਕੋਲ। ਮੈਂ ਸਵੇਰ ਦਾ ਸੋਚ ਰਿਹਾ ਹਾਂ ਕਿ ਮੈਂ ਸ਼ਬਦਾਂ ਦੀ ਚੁਣੌਤੀ ਕਿਸ ਤਰ੍ਹਾਂ ਕਰਾਂਗਾ ਕਿ ਇੰਨੀ ਅਨਮੋਲ ਰਤਨ ਖਜ਼ਾਨਾ ਜਿਹਦੀ ਅਸੀਂ ਕਦੀ ਸੋਚ ਦੇ ਸਕਦੇ ਸਾਂ ਕਿ ਇਹ ਦੀਆਂ ਸ਼ਖਸੀਅਤਾਂ ਇੰਨੀਆਂ ਮਹਾਨ ਹਸਤੀਆਂ ਕਦੀ ਡਾਕਟਰ ਆਮਰ ਸਾਹਿਬ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਉਹ ਕੋਈ ਸਾਦੀ ਮਸਰੂਫੀਆਂ ਦੀ ਵਜ੍ਹਾ ਤੋਂ ਨਹੀਂ ਆ ਸਕੇ ਕੱਲ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਸਨ। ਡਾਕਟਰ ਤਾਰਿਕ ਅਜ਼ੀਜ਼ ਸਾਹਿਬ ਜਿਹੜੇ ਸੈਕਟਰੀ ਸਾਹਿਬ ਨੇ ਜਨਾਬ ਇਮਰਾਨ ਗੋਦਲ ਸਾਹਿਬ ਜਿਹੜੇ ਖੁਸ਼ੀ ਤੌਰ ਤੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਆਪ ਦੀ ਸਮੂਹ ਸੰਗਤਾਂ ਦਾ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹਨ ਉਹਨਾਂ ਦਾ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਵੱਲੋਂ ਸਾਡੇ ਚੀਫ ਆਫ ਆਰਮੀ ਸਟਾਫ ਜਨਾਬ ਕਮਰ ਬਾਜਵਾ ਸਾਹਿਬ ਵੱਲੋਂ ਸਾਡੇ ਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਅਸੀਂ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ
जकारे दे शुरू दे विच तुसी जिया या कहना कोई सो मुनासिब नहीं होगा मेरे खड़े ने सरदार किशन सिंह जी साबका प्रधान पाकिस्तान गुरुद्वारा प्रबंधक कमेटी सरदार गोपाल सिंह जी साबका मैंबर होर साबका मैंबरान जेडे पाकिस्तान सिख गुरुद्वारा प्रबंधक कमेटी ने मैं उन्हों का भी धन्यवाद करता हाँ जी। मैं कुछ साढ़े दो मिनट बाकी लोगों का ज्यादा लवागा क्योंकि समा भी घट है नगर कीर्तन भी जाना है लेकिन समा थोड़ा काट करके कोशिश करेंगे इनू जल्दी तो जल्दी असी समाप्त करिए। जिड़े के साढ़े जीवन के बच्च शायद फिर ये आवे मुश्किल ही है श्वास का भरोसा तो नहीं पता होता अगले श्वास का भी लेकिन जो 600 साल स्टाफ जी होगी साढ़े जी नवी पनेरी है गुरु महाराज उन्होंने सेहत तंदुरुस्ती गुरसिखी वाला जीवन बख्शे वो हो गए लेकिन ये साड़ी बड़ी खुशकिस्मती है कि एक साढ़े जो पहला कमेटी सी गुरु साहब ने उन्होंने सेवा बख्शी सी लेकिन गुरु साहब को कुछ और प्रवाद से डॉक्टर महपाल सिंह ने जिस तरह गल की सेवा गुरु साहब ने लैनी है ये सेवा शायद गुरु साहब को इस तरह ही प्रवान सी लेकिन एक चीज असी स्पष्ट कर देना चाहते कि साढ़े जेडे सीनियर्स ने असी उन्होंने सीखना है उस सीनियर साढ़े श्रोमणी गुरुद्वारा प्रबंधक कमेटी के हो और सीनियर पाकिस्तान सिख गुरुद्वारा प्रबंधक कमेटी के हों और सीनियर साढ़े दिल्ली सिख गुरुद्वारा प्रबंधक कमेटी के हों जिथे सानू सहयोग की लोड़ होगी जिथे सानू इन्हों को एडवाइस की लोड़ होगी असी सिर चुका के इन्हों को एडवाइस लवेंगे क्योंकि असी तुहाडे बच्चे हाँ तुहाडे न्याणे हाँ तुसी सानू खासकर मैं गल कर रहा श्रोमणी गुरुद्वारा प्रबंधक कमेटी करके सर्वोच्च संस्था है पूरी दुनिया के श्रोमणी गुरुद्वारा प्रबंधक कमेटी को मानता दी जाती है पूरी दुनिया के सिख भावे किस कोने च भी बैठा हो पाकिस्तान च बैठा हो भावे अमरीका बैठा हो लेकिन कोई सिख श्री अकाल तख्त साहब का मुनकर नहीं हो सकता और
ਸਾਡੀ ਪੂਰੀ ਕੋਸ਼ਿਸ਼ ਹੈ, ਪੂਰੀ ਟੀਮ ਦੀ ਕੋਸ਼ਿਸ਼ ਹੈ, ਸਾਡੇ ਜਿੰਨੇ ਮੈਂਬਰ ਨੇ PHPC ਦੇ, ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਦੋਂ 550 ਸਾਲਾ ਗੁਰਪੁਰ ਦੇ ਦੌਰਾਨ ਸਾਡੇ ਕੋਲ ਹੁਮ ਹੁਮ ਆ ਕੇ ਸੰਤਾਂ ਦਾ ਸਮੁੰਦਰ ਠਾਣਾ ਮਾਰਦਾ ਸਮੁੰਦਰ ਸਾਡੇ ਕੋਲ ਜਦੋਂ ਆਏਗਾ ਤੇ ਅਸੀਂ ਆਪਣੇ ਪਲਕੇ ਵਿਛਾ ਕੇ, ਆਪਣੇ ਅੱਖਾਂ ਵਿਛਾ ਕੇ ਤੁਹਾਡਾ ਸਵਾਗਤ ਕਰੀਏ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਆਪਣੇ ਤੁਹਾਨੂੰ ਸਿਰ ਤੇ ਬਿਠਾ ਸਕੀਏ, ਤੁਹਾਡਾ ਕਿੰਨਾ ਸਵਾਗਤ ਕਰੀਏ। ਇਹ ਸਾਨੂੰ ਗੁਰੂ ਸਾਹਿਬ ਨੇ ਮੌਕਾ ਦਿੱਤਾ ਹੈ 550 ਸਾਲਾਂ ਦਾ, ਜਿਹਨਾਂ ਅਸੀਂ ਕਰੀਏ ਉਹ ਘੱਟ ਹੈ, ਲੇਕਿਨ ਇਹਦੇ ਵਿੱਚ ਸਾਨੂੰ ਸਹਿਯੋਗ ਬਹੁਤ ਜ਼ਰੂਰੀ ਹੈ। ਭਾਵੇਂ ਪੂਰੀ ਦੁਨੀਆ 'ਚ ਰਹਿਣ ਵਾਲੇ ਸਿੱਖ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਖਾਸ ਕਰਕੇ ਜਿਹੜੀ ਸਾਡੀ ਪਾਕਿਸਤਾਨ 'ਚ ਰਹਿਣ ਵਾਲੀਆਂ ਸੰਤਾਂ ਹਨ, ਕਿਉਂਕਿ ਇਹ ਗੁਰੂ ਸਾਹਿਬ ਨੇ ਸੁਭਾਗ ਸਭਾ ਸਾਡੀਆਂ ਸੰਗਤਾਂ ਦੀ ਚੋਰੀ ਵਿੱਚ ਪਾਇਆ ਹੈ। ਸਾਡੇ ਭਾਵੇਂ ਸਿੰਧ 'ਚ ਰਹਿਣ ਵਾਲੀਆਂ ਸੰਗਤਾਂ ਹਨ, ਭਾਵੇਂ ਪਿਸ਼ਾਵਰ 'ਚ ਰਹਿਣ ਵਾਲੀਆਂ, ਭਾਵੇਂ ਉਹ ਸੁਭਾਗ ਮਰਦਾਨ ਦੀਆਂ ਰਹਿਣ ਵਾਲੀਆਂ, ਭਾਵੇਂ ਨਨਕਾਣਾ ਸਾਹਿਬ ਦੀਆਂ, ਭਾਵੇਂ ਪੰਜਾ ਸਾਹਿਬ ਦੀਆਂ, ਅਸੀਂ ਇੱਕ ਮੁੱਠ ਹੋ ਕੇ ਅਸੀਂ ਤੁਹਾਡੀ ਸੇਵਾ ਵਾਸਤੇ ਖੜੇ ਹਾਂ। ਤੁਸੀਂ ਸਾਡਾ ਸਹਿਯੋਗ ਦੇਣਾ ਹੈ, ਅਸੀਂ ਹਰ ਤਰ੍ਹਾਂ ਦੇ ਤੁਹਾਡੇ ਸੇਵਾ ਵਾਸਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ। ਕਮੀਆਂ ਕੁਤਾਈਆਂ ਜ਼ਰੂਰ ਇਹ 500 ਜਥਾ ਆਇਆ ਇਹਦੇ ਵਿੱਚ ਵੀ ਹੋਈਆਂ ਹੋਣਗੀਆਂ, ਅਸੀਂ ਦੋਵੇਂ ਹੱਥ ਜੋੜ ਕੇ ਉਹਦੀ ਮਾਫ਼ੀ ਵੀ ਮੰਗਾਂਗੇ। ਇਸ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਸਾਹਿਬ ਦੀ ਗੱਲ ਕੀਤੀ ਕਿ ਸਾਡੇ ਦੋ ਵਿਸ਼ਾ ਜਿਹੜੇ ਸਾਡੇ ਸਿਰਲੇਖ ਦੇ ਉੱਤੇ ਨੇ, ਇੱਕ ਸਾਡੇ 500 ਸਾਲਾ ਗੁਰਪੁਰਬ, ਇਹ ਕਰਤਾਰਪੁਰ ਸਾਹਿਬ ਕੋਰੀਡੋਰ, ਇਮਰਾਨ ਖਾਨ ਸਾਹਿਬ ਔਰ ਕਮਰ ਬਾਜਵਾ ਸਾਹਿਬ। ਮੈਂ ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਗਿਆ, ਤੁਸੀਂ ਯਕੀਨ ਕਰੋ ਤੁਹਾਡੇ ਕਾਫੀ ਸੰਗਤਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਹਾਡਾ ਵੀਜ਼ਾ ਕੱਟ ਹੈ, ਨਹੀਂ ਤਾਂ ਅਸੀਂ ਤੁਹਾਨੂੰ ਲੈ ਕੇ ਜਾਂਦੇ। ਜਿਸ ਸਪੀਡ ਦੇ ਨਾਲ ਕੰਮ ਹੋਇਆ ਤੁਹਾਡੇ ਚੋਂ ਅੱਜ ਵੀ ਕੋਈ ਦਰਸ਼ਨ ਕਰਨ ਜਾਵੇ ਪਰ ਅਸੀਂ ਉਹਨਾਂ ਨੂੰ ਲੈ ਜਾਈਏ, ਤੁਸੀਂ ਕਹੋ ਜੀ ਉੱਥੇ ਜਾ ਕੇ ਅੱਖਾਂ ਖੋਲੋ, ਤੁਸੀਂ ਕਹੋ ਇਹ ਕਿਹੜਾ ਸ਼ਹਿਰ ਵਸਾਇਆ। ਇੰਨਾ ਕੰਮ ਅਸੀਂ ਸਾਡੇ ਜਿਹੜੀ ਗੌਰਮੈਂਟ ਨੇ ਕੀਤਾ, ਅਸੀਂ ਖੁਦ ਪਰੇਸ਼ਾਨ ਹੈ ਕਿ ਇਸ ਸ਼ੋਰਟ ਟਾਈਮ ਦੇ ਵਿੱਚ ਇੰਨਾ ਜ਼ਿਆਦਾ ਕੰਮ ਕਿਸ ਤਰ੍ਹਾਂ, ਪਰਿਕਰਮਾ ਬਣ ਗਏ, ਲੰਗਰ ਹਾਲ ਬਣ ਗਏ, ਸਰੋਵਰ ਸਾਹਿਬ ਬਣ ਗਿਆ, ਉੱਥੇ ਇਹਨੇ ਕੰਮ ਤੇ ਬਹੁਤ ਵੱਡੇ ਪੱਧਰ ਤੇ ਕੰਮ ਹੋ ਰਹੇ ਨੇ, ਪੁੱਲ ਬਣ ਗਿਆ ਸਾਡਾ। ਜਿਹੜੀਆਂ ਸੰਗਤਾਂ 70 ਸਾਲ ਤੋਂ ਅਰਦਾਸਾਂ ਬੇਨਤੀਆਂ ਕਰ ਰਹੇ ਸਨ, ਉੱਥੋਂ ਦੂਰਬੀਨ ਤੇ ਦੇਖ ਕੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸੋ, ਇਹ 2 ਮਹੀਨੇ ਬਾਅਦ ਉਹ ਖੁੱਲਣ ਲੱਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ, ਤੁਸੀਂ ਰੋਜ਼ ਆ ਕੇ ਦਰਸ਼ਨ ਕਰ ਸਕਦੇ ਹੋ। ਸਮਾਂ ਸ਼ੋਰਟ ਕਰਨ ਕਰਕੇ ਗੱਲਾਂ ਤਾਂ ਬਹੁਤ ਹਨ, ਦਿਲ ਵੀ ਕਰਦਾ ਹੈ, ਲੇਕਿਨ ਹੁਣ ਮੈਂ ਜਿਹੜੇ ਸ਼੍ਰੋਮਣੀ ਕਮੇਟੀ ਦੀ ਜਿੰਨੀ ਇੱਥੇ ਬਾਡੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ ਔਰ ਪੰਜ ਪਿਆਰੇ ਸਾਹਿਬਾਨ, ਇਹਨਾਂ ਦਾ ਨਿਹੰਗ ਸਿੰਘ ਸਾਹਿਬਾਨ, ਜਿੰਨੀ ਵੀ ਸੰਗਤ ਆਈ ਹੈ, ਇੱਕ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਦੂਸਰਾ ਇੱਕ ਤੁਹਾਡੇ ਨਿੱਕੇ ਸੇਵਾਦਾਰ ਹੋਣ ਦੇ ਨਾਤੇ, ਉਹਦੇ ਵਿੱਚ ਖੁਸ਼ੀ ਰੱਖੀ, ਤੁਹਾਡੇ ਇੱਕ ਸੇਵਾਦਾਰ ਹੋਣ ਦੇ ਨਾਤੇ, ਤੁਹਾਡਾ ਬੱਚਾ ਹੋਣ ਦੇ ਨਾਤੇ, ਇਹ ਸੇਵਾ ਦੇ ਵਿੱਚ ਜਾਂ ਤੁਹਾਡੇ ਇੱਥੇ 2-3 ਦੇ ਵਿੱਚ ਕੋਈ ਕਮੀ ਕੁਟਾਈ ਜਾਂ ਕੋਈ ਸਾਡੇ ਕੋਲ ਐਸਾ ਸ਼ਬਦ ਬੋਲਿਆ ਗਿਆ ਹੋਵੇ ਜਿਹੜਾ ਤੁਹਾਡੇ ਸ਼ਾਨ ਦੇ ਮੁਤਾਬਕ ਨਾ ਹੋਵੇ, ਕਿਉਂਕਿ ਤੁਸੀਂ ਸਾਡੇ ਵਾਸਤੇ ਸਿੱਖਾਂ ਵਾਸਤੇ ਕੀ ਅਹਿਮੀਅਤ ਰੱਖਦੇ ਹੋ ਉਹ ਸਾਨੂੰ ਪਤਾ ਹੈ। ਇਹਦੇ ਬਾਵਜੂਦ ਅਗਰ ਤੁਹਾਡੇ ਸ਼ਾਨ 'ਚ ਕੋਈ ਐਸੇ ਸ਼ਬਦ ਵਰਤੇ ਗਏ ਹੋਣ, ਤੁਹਾਡੀ ਉਸ ਲੈਵਲ 'ਤੇ ਸੇਵਾ ਨਾ ਹੋਵੇ, ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ, ਆਪਣੀ ਗੌਰਮੈਂਟ ਵੱਲੋਂ, ਸਰਕਾਰ ਵੱਲੋਂ ਤੁਹਾਨੂੰ ਤੁਹਾਡੇ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਦਾ ਜਾ ਚੁੱਕਾ। ਅਤੇ ਹੁਣ ਮੈਂ ਬੇਨਤੀ ਕਰਾਂਗਾ, ਕਿਉਂਕਿ ਸਮਾਂ ਘੱਟ ਹੈ, ਭਾਈ ਸਾਹਿਬ ਭਾਈ ਮਨੋਹਰ ਗੋਬਿੰਦ ਸਿੰਘ ਲੌਂਗੋਵਾਲ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਆਮ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ, ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪਾਵਨ ਤੇ ਪਵਿੱਤਰ ਹਜ਼ੂਰੀ ਚ ਬੈਠੇ ਸਭਾ ਗੁਰੂ ਖਾਲਸਾ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ ਸਾਡੇ ਸਮੁੱਚੀ ਸੰਗਤ ਦੇ ਉੱਤੇ, ਸਾਰਿਆਂ ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਸ੍ਰੀ ਨਨਕਾਣਾ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸਾਰੀ ਸੰਗਤ ਉੱਥੇ ਜਾ ਕੇ ਨਤਮਸਤਕ ਹੋਵਾਂਗੇ, ਗੁਰੂ ਜੀ ਅਰਦਾਸ ਕਰਾਂਗੇ ਤੇ ਉਸ ਸਥਾਨ ਦੇ ਤੁਰੀ ਜੋ ਇਹ ਵਿਸ਼ਾਲ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਅਹਿਮਤਾ ਜਿਹੜੀ ਹੈ ਇਹ ਸ੍ਰੀ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਦੇ ਜਨਮ ਸਥਾਨ ਤੋਂ ਔਰ ਅਰਦਾਸ ਕਰਕੇ ਸਾਰੀ ਸੰਗਤ ਜਿਹੜੀ ਹੈ ਉਹ ਚੱਲੇਗੀ। ਸੋ ਅੱਜ ਗੁਰੂ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਔਰ ਜਿਸ ਤਰ੍ਹਾਂ ਭਾਰਤ ਦੇ ਵਿੱਚੋਂ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀਆਂ ਨੇ, ਜਿਸ ਤਰ੍ਹਾਂ ਸਾਡੇ ਬਹੁਤ ਇਸ ਪ੍ਰਕਾਰ ਜੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਯਾਨੀ ਜਗਤਾਰ ਸਿੰਘ ਜੀ, ਸਿੰਘ ਸਾਹਿਬ ਯਾਨੀ ਮਾਨ ਸਿੰਘ ਜੀ ਔਰ ਇਸ ਤਰ੍ਹਾਂ ਨਿਘ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਤੇ 96 ਕੋੜੀ ਬੁੱਢਾ ਦਲ ਦੇ ਜਥੇਦਾਰ ਬਲਵੀਰ ਸਿੰਘ ਜੀ ਇੱਥੇ ਆਏ ਨੇ ਸਾਡੇ ਨਾਲ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਔਰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਹਿੱਤ ਸਾਹਿਬ, ਇਸੇ ਤਰ੍ਹਾਂ ਹਜ਼ੂਰ ਸਾਹਿਬ ਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਤੋਂ ਉਹਨਾਂ ਦੇ ਸੇਵਾਦਾਰ ਡਾਕਟਰ ਪਸੀਤਾ ਜੀ ਉਹ ਵੀ ਬੰਬੇ ਦੇ ਵਿੱਚੋਂ ਸੰਗਤ ਲੈ ਕੇ ਆਏ ਨੇ। ਇਸੇ ਤਰ੍ਹਾਂ ਸਾਰੀਆਂ ਸਿੰਘ ਸਭਾਵਾਂ ਜੋ ਸਾਡੀਆਂ ਨੇ ਔਰ ਉਹਨਾਂ ਦੇ ਸੇਵਾਦਾਰ ਮੁੱਖ ਸੇਵਾਦਾਰ ਭਾਟੀਆ ਜੀ ਵੀ ਆਏ ਨੇ, ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਡੀ ਗਿਣਤੀ ਦੇ ਵਿੱਚ ਸਾਰੇ ਇਸ ਮਹਾਨ ਇਤਿਹਾਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਸਤੇ ਸਾਰੀਆਂ ਪਹੁੰਚੀਆਂ ਨੇ, ਸਤਿਗੁਰੂ ਦੀ ਕਿਰਪਾ ਹੋਈ ਹੈ। ਮੈਂ ਬਹੁਤ ਹੀ ਧੰਨਵਾਦੀ ਹਾਂ, ਜੋ ਅਸੀਂ ਇੱਛਾ ਲੈ ਕੇ ਆਏ ਸੀ, ਜੋ ਸਾਡੇ ਮਨ ਵਿੱਚ ਭਾਵਨਾ ਸੀ, ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਗੁਰੂ ਮਹਾਰਾਜ ਸਾਡੇ ਵਿੱਚ ਵਸੇ ਆ ਸਾਰਿਆਂ ਦੇ ਵਿੱਚ ਕਿ ਜਿਸ ਤਰ੍ਹਾਂ ਦਾ ਪਾਕਿਸਤਾਨ ਦੀ ਸੰਗਤ ਦੇ ਵੱਲੋਂ ਸਭ ਤੋਂ ਪਹਿਲਾਂ ਅਸੀਂ ਜੋ ਬਾਰਡਰ ਤੇ ਆਏ, ਜਿਸ ਤਰ੍ਹਾਂ ਦਾ ਸਾਨੂੰ ਉੱਥੇ ਮਾਣ ਸਨਮਾਨ ਕੀਤਾ ਗਿਆ, ਜਿਸ ਤਰ੍ਹਾਂ ਦਾ ਸਾਨੂੰ ਸਵਾਗਤ ਕੀਤਾ ਗਿਆ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਔਰ ETBP ਵੱਲੋਂ ਉਹਨਾਂ ਦੇ ਅਧਿਕਾਰੀ ਪਹੁੰਚੇ ਸਨ ਔਰ ਮੈਂ ਬਹੁਤ ਖੁਸ਼ ਹੋਈ, ਸਾਰੀ ਸੰਗਤ ਬਹੁਤ ਧੰਨਵਾਦੀ ਹੋਇਆ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ETBP ਦੇ ਚੇਅਰਮੈਨ ਡਾਕਟਰ ਅਮੀਰ ਅਹਿਮਦ ਜੀ ਦਾ, ਜਿਹੜੇ ਕੱਲ੍ਹ ਇੱਥੇ ਆ ਕੇ ਗਏ ਨੇ, ਸਾਨੂੰ ਮਿਲ ਕੇ ਗਏ ਨੇ ਔਰ ਸਾਨੂੰ ਬਹੁਤ ਖੁਸ਼ੀ ਹੋਈ ਹੈ। ਉਹਨਾਂ ਦੀਆਂ ਜੋ ਵਿਚਾਰਾਂ ਸੀਆਂ, ਉਹਨਾਂ ਦੀ ਜੋ ਸ਼ਰਧਾ ਸੀ ਗੁਰੂ ਪ੍ਰਤੀ, ਉਹ ਸਾਰੀਆਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਸੈਕਟਰੀ ਜਨਾਬ ਤਾਰਕ ਅਮੀਰ ਜੀ, ਕਿਉਂਕਿ ਅਸੀਂ ਪਹਿਲਾਂ ਵੀ ਇਹਨਾਂ ਨੂੰ ਮਿਲਿਆ ਜਦੋਂ ਹੁਣੀਆਂ ਗੱਲ ਕਰ ਰਹੇ ਸੀ ਤਾਰਕੇ ਦੀ ਔਰ ਸਾਡੇ ਜਨਰਲ ਸੈਕਟਰੀ ਸਾਹਿਬ, ਔਰ ਉਸ ਵੇਲੇ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਪਾਕਿਸਤਾਨ ਦੇ ਪ੍ਰਧਾਨ ਜਿਹੜੇ ਸਾਡੇ ਇੱਥੇ ਬਹੁਤ ਹੀ ਸਤਿਕਾਰਯੋਗ ਨੇ ਇਮਰਾਨ ਖਾਨ ਜੀ, ਉਹਨਾਂ ਨੂੰ ਸੱਦਾ ਪੁੱਟ ਗਿਆ ਸੀ, ਪਹੁੰਚੇ ਸੀ, ਉਹਦੇ ਵੀ ਦਰਸ਼ਨ ਕੀਤੇ ਨਾਲ ਦੇ ਉਹਦੇ ਬਹੁਤ ਸਾਰੀਆਂ ਉੱਥੇ ਸਾਨੂੰ ਖੁਸ਼ੀ ਹੋਣੀ, ਜਿਹੜੀ ਸਾਡੀ ਅਰਦਾਸ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਬੜੇ ਲੰਮੇ ਸਮੇਂ ਤੋਂ ਅਸੀਂ ਕਰਦੇ ਆਏ ਸੀ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਦੋਨਾਂ ਸਰਕਾਰਾਂ ਉੱਤੇ ਆਪਣੇ ਮੇਹਰ ਭਰੇ ਹੱਥ ਰੱਖ ਕੇ ਸਾਡੀ ਉਹ ਅਰਦਾਸ ਜਿਹੜੀ ਹੈ ਪੂਰੀ ਹੋਣ ਜਾ ਰਹੀ ਹੈ ਔਰ ਜਲਦੀ ਅਸੀਂ ਖੁੱਲ੍ਹੇ ਤੌਰ 'ਤੇ ਜਿਹੜਾ ਉੱਥੋਂ ਦੇ
दर्शन कर सकेंगे। इस तो अलावा मैं बहुत ही धन्यवादी हाँ पाकिस्तान गुरुद्वारा प्रबंध कमेटी के प्रधान साहब सरदार सतवंत सिंह जी, इसका जनरल सकत्र सर अमीर सिंह जी, उन्हें कक्ष साहब बोलते गए जिन्होंने बहुत सोहने विचार अपने सामने किए ने, उन्होंने मैंबर साहब के सारे मैंबर का मैं बहुत धन्यवादी हाँ। सरदार किशन सिंह जी साहब का प्रधान साहब वो भी इतने हाजिर ने और असं बहुत ही धन्यवादी हाँ कि जिस तरह का प्यार जिस तरह का सत्कार पाकिस्तान के नानक नाम सेवा संघ को मिले और जिस तरह का तुम सानू इन्हों हथे चुके सारे ने और इतने अस परसों को जिनी सेवा ननकाना साहब की संगत ने संगत की सेवा हर तरह की सेवा जी सत्कार मिले आपने बहुत ही शुक्रगुजार हाँ बहुत आप जी के ऋणी हाँ सतगुरी वेर के कृपा के इसे तरह साडा प्यार सत्कार मेल मिलाप जरा है वह बढ़िया रहे। मैं समझना इस नगर कीर्तन होर गुरुवार की वही मेहर होनी है कि जितने अं पाकिस्तान सरकार का मैं बहुत धन्यवादी हाँ जिन्होंने सारे प्रबंध भावें वह सिक्योरिटी के पक्षों से प्रशासक पक्षों से सू पूरा सहयोग दिता है और हर तरह का उन्होंने सू प्यार सत्कार दिखाया है। मैं पाकिस्तान की सरकार का भी बहुत बहुत धन्यवादी हाँ। सो मैं और पूरा विश्वास दवाना इस तुम्हारी प्रबंध कमेटी को तो जो भी तुम सू हुम करोगे जिस तरह की तुम सू सेवा लाओगे और श्रोमणी गुरुद्वारा प्रबंध कमेटी हमेशा प्यार बचा है तो आपकी सेवा से हाजिर है। दोनों देशों वधे मेल मिलाप वधे अमन शांति आवे असीं रल मिल के बैठीए जो गुरु नानक साहिब ने सानू संधान दिता विलासवा दिता एकता का प्यार दिता मेल बरतन का और चंगी सोची प्राप्त करने का यह सारा कुछ सानू सतगुरु महाराज बख्शा कर साडे उत्ते कि असीं आओ पाए समय च और गुरु की मेहर होवे कि अमन शांति बल बनी है आप सहयोग पाइए खुशहाली होवे इस चाहते हैं कि सारे देश सारे लोग जो ने खुशहाल हो अमन शांति नाल बनो और अपने तरक्या कर जीवन यही सतगुरु अगर अरदास करके अपने सारे ने अज इतों जाना है क्योंकि ये नगर कीर्तन आरंभ होना है हमने होने तो मैं समझा इतों बाद वाहे पात्र तक पहुंचना है उतने तक की गिनती भी संगत स्वागत नहीं पढ़िया ने और पंजाब सरकार वालों कैप्टन अमरिंदर सिंह और श्रोमणी अकाली दल के प्रधान सुखबीर सिंह बादल जी प्रकाश सिंह बादल जी बाकी सारिया पार्टियां सारिया धार्मिक शख्सियत सारिया उ आ रही ने बहुत बड़िया सो ये पंजे तख्तों के उत्ते सारा ये नगर कीर्तन जाना है कैसा इतिहास इन्हें रचना है इस हिंदुस्तान के पंजे तख्त श्री अकाल तख्त साहब पटना साहब जाना उस बाद हजूर साहब दमदमा साहब हमने सतारा स्टेटा के बीच होंदा होया जिसकी समाप्ति जी है सुल्तानपुर लोधी की उस महान धरती के उत्ते होनी है जिते गुरु साहब ने बड़ा लंबा समा अपने जीवन का गुजारे सो महाराज कृपा कर सा सारे सानू इस वक्त बख्शन असी गुरु के आशे अनुसार बाणी और बाणी न जुड़िए गुरु के सिद्धांतों जुड़िए जो सानू सतगुरु ने शिक्षावान दिखाई ने असी वो अपने सारे जीवन के उत्ते और हिस्सा बनाइए ताकि सा जीवन चंगा बने इतों की संगत देख के इतने बच्चों देख के सू बहुत खुशी हुई है बड़ा सोहना आ बीबिया ने बहुत सोहना कीर्तन किया है देख रहे हैं बच्चे कितनी सिक्खी न जुड़े हुए हैं सतगुरु महाराज बख्शे कि साड़ी आने वाली जनरेशन इस तरह सिक्खी जुड़ी गए सिक्खी बढ़े फुले गुरु मिशन बढ़े फुले यही सतगुरु की साड़ी अरदास है बहुत बहुत धन्यवाद वाहेगुरु जी का खालसा वाहेगुरु भाई साहब भाई गोबिंद सिंह जी लाहौर प्रधान श्रोमणी गुरुद्वारा प्रबंधक कमेटी नाना मैं पी एस जी पी सी के मैंबरान सरदार सरबत सिंह जी सरदार इंद्रजीत सिंह जी सरदार रविंद्र सिंह जी सरदार विकास सिंह जी
ਸਰਦਾਰ ਸਾਗਰ ਜੀਤ ਸਿੰਘ ਜੀ ਜਿਹੜੇ ਇੱਥੇ ਦੀਵਾਨ ਵਿੱਚ ਮੌਜੂਦ ਹਨ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਾਡੀ ਸਿੱਖ ਕੌਮ ਦੀ ਸ਼ਾਨ, ਸਾਡੀ ਆਨ, ਸਾਡੀ ਅਣਖ, ਸਾਡਾ ਮਾਣ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੜੀ ਨਿਮਰਤਾ ਸਾਹਿਬ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆ ਕੇ ਸੰਗਤਾਂ ਦਾ ਵਿਚਾਰ ਸਾਂਝੇ ਕਰਨ ਅਤੇ ਸੰਗਤਾਂ ਨੂੰ ਆਪਣੇ ਦਰਸ਼ਨ ਕਰਾਉਣ ਜੀ। ਸਰਦਾਰ ਅਮੀਰ ਸਿੰਘ, ਸਾਬਕਾ ਪ੍ਰਧਾਨ ਮਿਸ਼ਨ ਸਿੰਘ,
ਸਾਬਕਾ ਪ੍ਰਧਾਨ ਸਰਦਾਰ ਮਸਤਾਨ ਸਿੰਘ, ਹੋਰ ਬਹੁਤ ਸਾਰੀਆਂ ਮਾਨਣੀਆਂ ਹਸਤੀਆਂ ਬੈਠੀਆਂ ਨੇ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਨਾ। ਔਰ ਨਾਲ ਮੈਂ ਵੀ ਬੇਨਤੀ ਕਰਦਾ ਕਿ ਪਾਕਿਸਤਾਨ ਦੇ ਸਿੱਖ ਜਿਹੜੇ ਨੇ ਉਹ ਸਾਡੇ ਸਾਰੇ ਭਰਾ ਨੇ, ਚਾਹੇ ਕਿਸੇ ਦੀ ਸੋਚ ਰਾਜਨੀਤਿਕ ਸਾਡੇ ਨਾਲ ਰਲਦੀ ਹੈ ਨਹੀਂ ਰਲਦੀ, ਲੇਕਿਨ ਸਾਡੇ ਦੇ ਭਰਾ ਨੇ। ਅਸੀਂ ਇਹਨਾਂ ਦੇ ਨਾਲ ਇੱਥੇ ਬੈਠ ਕੇ ਇਕੱਠੇ ਖਾਣਾ ਵੀ ਖਾਵਾਂਗੇ ਔਰ ਇਕੱਠੇ ਬੈਠ ਕੇ ਅਸੀਂ ਫੋਟੋਆਂ ਵੀ ਖਿਚਵਾਵਾਂਗੇ, ਕਿਸੇ ਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਰੇ ਸਾਡੇ ਭਰਾ ਹੈ। ਔਰ ਅਸੀਂ ਆਪਣੇ ਭਰਾਵਾਂ ਨਾਲ ਜੇ ਬੈਠ ਕੇ ਫੋਟੋਆਂ ਨਹੀਂ ਖਿਚਾਵਾਂਗੇ, ਅਸੀਂ ਭਰਾਵਾਂ ਨਾਲ ਬੈਠ ਕੇ ਰੋਟੀ ਪਾਣੀ ਦੀ ਅਸੀਂ ਸਾਂਝ ਨਹੀਂ ਰੱਖਾਂਗੇ ਤੇ ਕਿਹਦੇ ਨਾਲ ਰੱਖਾਂਗੇ। ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪਾਕਿ ਕੁਰਾਨ ਦੇ ਵਿੱਚ ਸੂਰਤ ਆਲੇ ਇਮਰਾਨ ਹੈ ਔਰ ਉਹਦੀ ਚੌਥਵੀਂ ਆਇਤ ਹੈ, ਉਹਦੇ ਵਿੱਚ ਰੱਬ ਨੇ ਸਾਰੇ ਮੁਸਲਮਾਨਾਂ ਨੂੰ ਇਹ ਹਦਾਇਤ ਦਿੱਤੀ ਹੈ, ਹੁਕਮ ਦਿੱਤਾ ਹੈ ਕਿ ਜਿਹੜੀਆਂ ਕੌਮਾਂ ਤੌਹੀਦ ਦੇ ਮਸਲੇ ਦੇ ਉੱਤੇ ਤੁਹਾਡੇ ਨਾਲ ਹਮਖਿਆਲ ਹੈ ਉਹਨਾਂ ਦੇ ਨਾਲ ਸਾਂਝ ਪਾਓ। ਇਹ ਰੱਬ ਦਾ ਹੁਕਮ ਹੈ ਸਾਰੇ ਮੁਸਲਮਾਨਾਂ ਨੂੰ ਕਿ ਜਿਹੜੀਆਂ ਕੌਮਾਂ ਤੌਹੀਦ ਦੇ ਮਸਲੇ ਦੇ ਉੱਤੇ ਤੁਹਾਡੇ ਨਾਲ ਹਮਖਿਆਲ ਹੈ ਉਹਨਾਂ ਦੇ ਨਾਲ ਸਾਂਝ ਪਾਈ ਜਾਵੇ। ਔਰ ਸਿੱਖਾਂ ਤੋਂ ਵੱਧ ਕੇ ਕੋਈ ਤੌਹੀਦ ਜਿਹੜਾ ਹੈ ਜਾਂ ਇਸਲਾਮ ਮੰਨਦਾ ਜਾਂ ਸਿੱਖ ਧਰਮ ਮੰਨਦਾ, ਹੋਰ ਕਿਤਾਬਾਂ ਦੇ ਵਿੱਚ ਤੌਹੀਦ ਦੀ ਗੱਲ ਇੰਨੀ ਨਹੀਂ ਹੋਈ ਜਿੰਨੀ ਤੌਹੀਦ ਦੀ ਗੱਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਤੋਂ ਕੀਤੀ ਹੈ। ਇਸ ਕਰਕੇ ਮੈਂ ਸਾਰੇ ਦਾ ਇਸ ਸਮਾਗਮ ਦੇ ਵਿੱਚ ਪਹੁੰਚਣ ਲਈ ਧੰਨਵਾਦ ਕਰਦਾ ਹੈ ਤੇ ਸ੍ਰੀ ਨਨਕਾਣਾ ਸਾਹਿਬ ਦੀ ਇਸ ਮਹਾਨ ਤੇ ਪਾਵਨ ਪਵਿੱਤਰ ਧਰਤੀ ਤੋਂ, ਜਿਹਦੀ ਕਾਮਨਾ ਹਰ ਸਿੱਖ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਕਰਦਾ ਹੈ ਕਿ ਮੈਨੂੰ ਪਹਿਲੇ ਦਰਸ਼ਨ ਦਿਲਾਰੇ ਨਸੀਬ ਹੋਣ। ਔਰ ਸਿੱਖ ਦੇ ਮਨ ਦੇ ਵਿੱਚੋਂ ਇਹ ਨਿਕਲੀ ਹੂ ਸਿੱਖ ਅਰਦਾਸ ਦਾ ਹਿੱਸਾ ਬਣ ਚੁੱਕੀ ਹੈ। ਅੱਜ ਇਸ ਮਹਾਨ ਤੇ ਮੁਕੱਦਸ ਸਥਾਨ ਤੋਂ ਮੈਂ ਸਮੁੱਚੀ ਕੌਮ ਨੂੰ ਕੁਝ ਸੰਦੇਸ਼ ਰੂਪ ਦੇ ਵਿੱਚ ਬੇਨਤੀਆਂ ਕਰਨਾ ਚਾਹੁੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਮਾਨਵਤਾ ਦੇ ਰਹਿਬਰਸਨ, ਜਿਨ੍ਹਾਂ ਨੇ ਅੱਜ ਤੋਂ 550 ਸਾਲ ਵਰੇ ਪਹਿਲਾਂ ਸੰਸਾਰ ਦੇ ਪ੍ਰਕਾਸ਼ ਧਾਰਨ ਕੀਤਾ। ਆਲਮਾ ਇਕਬਾਲ ਨੇ ਸਤਿਗੁਰੂ ਜੀ ਦੇ ਆਗਮਨ ਨੂੰ ਬੜੇ ਸਾਰਥਕ ਰੂਪ ਦੇ ਵਿੱਚ ਦਰਸਾਇਆ ਕਿ ਫਿਰ ਉਹਦੀ ਆਖਰ ਇੱਕ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਬਲ ਨੇ ਜਿਤਾਇਆ ਖੁਆਬ ਸੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਸ਼ਬਦ ਦੀ ਤਾਕਤ ਦੇ ਨਾਲ ਭਟਕੀ ਹੋਈ ਮਨੁੱਖਤਾ ਨੂੰ ਸਿੱਧੇ ਰਾਹ ਪਾਇਆ ਅਤੇ ਮਨੁੱਖਤਾ ਵਿੱਚ ਪਸਰਿਆ ਹਨੇਰਾ ਆਪਣੇ ਗਿਆਨ ਪ੍ਰਕਾਸ਼ ਦੀ ਲੋਹ ਦੇ ਨਾਲ ਅਲੋਪ ਕੀਤਾ। ਸਤਿਗੁਰਾਂ ਦਾ ਆਗਮਨ ਮੱਧਕਾਲੀਨ ਯੁੱਗ ਵਿੱਚ ਉਦੋਂ ਹੋਇਆ ਜਦੋਂ ਅਗਿਆਨਤਾ ਦਾ ਹਨੇਰਾ ਚਾਰੇ ਪਾਸੇ ਪਸਰਿਆ ਹੋਇਆ ਸੀ ਅਤੇ ਲੋਕਾਈ ਦਾ ਬੁਰੀ ਤਰ੍ਹਾਂ ਸ਼ੋਸ਼ਣ ਹੋ ਰਿਹਾ ਸੀ। ਇੱਕ ਪਾਸੇ ਧਰਮ ਸੰਸਥਾਪਕ ਲੋਕਾਂ ਨੂੰ ਅਰਥਹੀਨ ਕਿਰਿਆਵਾਂ ਵਿੱਚ ਉਲਝਾ ਰਹੇ ਸਨ ਤੇ ਦੂਸਰੇ ਪਾਸੇ ਪਰਦਾ ਦੇ ਰੱਖਿਅਕ ਪਰਦਾ ਦੀ ਲੁੱਟ ਪਸੁੱਟ ਕਰ ਰਹੇ ਸਨ, ਇਨਸਾਫ਼ ਕਰਨ ਵਾਲੇ ਲੋਕਾਂ ਨਾਲ ਬੇਇਨਸਾਫ਼ੀ ਹੋ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਲ੍ਹ ਤਾਰਨ ਲਈ ਸੰਸਾਰ ਦੀਆਂ ਯਾਤਰਾਵਾਂ ਉਦਾਸੀਆਂ ਆਰੰਭ ਕੀਤੀਆਂ। ਉੱਤਰ ਤਿੱਬਤ ਤੋਂ ਲੈ ਕੇ ਦੱਖਣ ਵਿੱਚ ਸ੍ਰੀ ਲੰਕਾ ਤੱਕ, ਆਸਾਮ ਤੋਂ ਲੈ ਕੇ ਮੱਕੇ ਮਦੀਨੇ ਤੱਕ ਗੁਰੂ ਨਾਨਕ ਸਾਹਿਬ ਜੀ ਵਿਚਰੇ। ਲਗਭਗ 3 ਕਰੋੜ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੱਚ ਦੀ ਹੂਕ ਨੂੰ ਸੁਣਿਆ ਅਤੇ ਉਹਨਾਂ ਦਾ ਦੱਸਿਆ ਹੋਇਆ ਮਾਰਗ ਗ੍ਰਹਿਣ ਕੀਤਾ। ਆਪਣੇ ਜੀਵਨ ਦੇ ਅੰਤਲੇ ਸਮੇਂ ਦੌਰਾਨ ਕਰਤਾਰਪੁਰ ਸਾਹਿਬ ਵਾਸ ਕਰਕੇ ਖੇਤੀਬਾੜੀ ਦੀ ਕਿਰਤ ਕਰਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਕਿਰਤ ਸੱਭਿਆਚਾਰ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ। ਅਜੋਕੇ ਸਮੇਂ ਵਿੱਚ ਕਰਤਾਰਪੁਰ ਸਾਹਿਬ ਹਿੰਦੁਸਤਾਨ ਪਾਕਿਸਤਾਨ ਨੇੜਤਾ ਦਾ ਪ੍ਰਤੀਕ ਬਣ ਰਿਹਾ। ਇਹ ਵਰਤਾਰਾ ਕਿਸੇ ਰੱਬੀ ਕਰਾਮਾਤ ਰੱਬੀ ਅਸਮਤ ਤੋਂ ਘੱਟ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਦਰ ਨੂੰ ਉਸਦੀ ਕੁਦਰਤ, ਬਨਸਪਤੀ ਜੀਵ ਅਤੇ ਜਲ ਸਰੋਤਾਂ ਵਿੱਚ ਵੀ ਅਨੁਭਵ ਕੀਤਾ। ਪੀਰਾਂ ਨਾਲ ਚੰਗੀ ਮਨੁੱਖਤਾ ਨੂੰ ਆਪ ਜੀ ਨੇ ਇਹ ਪਰਮਾਤਮਾ ਦਾ ਨਾਮ ਜਪਣ, ਕਿਰਤ ਕਰਨ ਤੇ ਵੰਡ ਕਰ ਸਕਣ ਦਾ ਸੰਦੇਸ਼ ਦਿੱਤਾ। ਸੁਨੱਖੀ ਲੋਕਾਈ ਨੂੰ ਆਪ ਜੀ ਨੇ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਿਆ ਅਤੇ ਆਪਣੇ ਆਪ ਨੂੰ ਅਰਥ ਕਮਜ਼ੋਰਾਂ ਦਾ ਸਾਥੀ ਦੱਸਿਆ। ਆਪ ਜੀ ਨੇ ਨਿਰਭੈ ਹੋ ਕੇ ਸਭ ਦੀ ਆਵਾਜ਼ ਨੂੰ ਬੁਲੰਦ ਕੀਤਾ। ਸੰਸਾਰ ਦੇ ਅਜੋਕੇ ਹਾਲਾਤ ਗੁਰੂ ਸਾਹਿਬ ਦੇ ਆਗਮਨ ਸਮੇਂ ਵਰਗੇ ਹੀ ਹੁੰਦੇ ਜਾ ਰਹੇ ਹਨ। ਵਿਗੜਦੇ ਵਾਤਾਵਰਨ, ਮੁਕਦੇ ਜਲ ਸਰੋਤ, ਅਲੋਪ ਹੁੰਦੇ ਜੰਗਲ ਤੇ ਵਣਾਂ ਦੇ ਅਲੋਪ ਹੁੰਦੇ ਜੀਵ ਜੰਤੂ ਇਸ ਸੰਸਾਰ ਦੀ ਖਤਮ ਹੋ ਰਹੀ ਹੋਂਦ ਦੇ ਸੰਕੇਤ ਦੇ ਰਹੇ ਹਨ। ਸੰਸਾਰ ਦਾ ਵੱਧ ਰਿਹਾ ਆਰਥਿਕ ਵਿਕਾਸ ਕੁਝ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਿਆ। ਇਹਨਾਂ ਵਿਗੜੇ ਹਾਲਾਤਾਂ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਵਧੇਰੇ ਸਾਰਥਕ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਸ੍ਰਿਸ਼ਟੀ, ਕੁਦਰਤੀ ਬਣਾ ਅਤੇ ਜੀਵਾਂ ਪ੍ਰਤੀ ਪਿਆਰ ਸਾਨੂੰ ਦੀ ਸੰਭਾਲ ਦਾ ਸੰਦੇਸ਼ ਦਿੰਦਾ ਹੈ। ਪਰਮਾਤਮਾ ਦੀ ਏਕਤਾ, ਸ੍ਰਿਸ਼ਟੀ ਦੀ ਸਮਾਨਤਾ ਦਾ ਸੰਦੇਸ਼, ਸਾਨੂੰ ਇੱਕ ਸਹਿਨਸ਼ੀਲਤਾ
ਅਤੇ ਬਰਾਬਰੀ ਦੇ ਸਮਾਜ ਦਾ ਹੋਕਾ ਦਿੰਦਾ ਹੈ। ਉਹਨਾਂ ਦੀ ਨਿੱਜੀ ਜੀਵਨ ਵਿੱਚ ਕਿਰਤ ਦੀ ਧਾਰਨਾ ਸਾਨੂੰ ਆਪਣੇ ਜੀਵਨ ਵਿੱਚ ਇਮਾਨਦਾਰੀ ਦਾ ਸਮੇਂ ਮਾਣ ਵਾਲਾ ਕਿੱਤਾ ਅਪਣਾਉਣ ਦੀ ਜਾਂਚ ਦੱਸਦੀ ਹੈ। ਵੰਡ ਛਕਣ ਦਾ ਉਪਦੇਸ਼ ਆਮਦਨ ਤੋਂ ਆਮਦਨ ਦੇ ਵਿਤਕਰੇ ਤੋਂ ਉਪਜ ਜਾਣ ਵਾਲੀ ਨਫ਼ਰਤ ਅਤੇ ਈਰਖਾ ਦੇ ਰੂਪ ਨੂੰ ਛੁਟਕਾਰਾ ਦਿੰਦਾ ਹੈ। ਇਸ ਵੇਲੇ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਤੇ ਮਨਾ ਰਹੇ ਹਾਂ, ਉਹ ਲੋਕ ਜਿਹੜੇ ਨਾਨਕ ਨਾਮ ਜਲਵਾ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਮਨੁੱਖਤਾ ਨੂੰ ਸਿਹਤ ਦੇਣ, ਉਹਨਾਂ ਨੂੰ ਖੁਦ ਸੰਜੇ ਮੰਨ ਕੇ ਸਹਿਨਸ਼ੀਲ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਪੂਰੀ ਇਕਾਗਰਤਾ ਸਤਿਗੁਰੂ ਜੀ ਦੇ ਫਲਸਫੇ ਤੇ ਕੇਂਦਰਿਤ ਕਰਨੀ ਪਵੇਗੀ। ਦਾਸ ਸਿੱਖਾਂ ਦੇ ਸਰਵ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਮਾਣਾ ਜਾਵਾ ਸੇਵਾਦਾਰ ਹੋਣ ਦੇ ਨਾਤੇ ਦੋਵੇਂ ਹੱਥ ਜੋੜ ਕੇ ਸਮੂਹ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਅਤੇ ਸਿਧਾਂਤ ਤੇ ਚੱਲਣ ਦੀ ਅਰਜ਼ੋਈ ਕਰਦਾ ਹੈ। ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ ਭਰੋਸਾ ਰੱਖਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਹੈ। ਅੰਤ ਦੇ ਵਿੱਚ ਇੱਕ ਵਾਰੀ ਫਿਰ ਪਾਕਿਸਤਾਨ ਸਰਕਾਰ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤਮਾਮ ਪਾਕਿਸਤਾਨ ਦੇ ਸਿੱਖਾਂ ਦਾ, ਈਟੀਪੀ ਬੋਰਡ ਦਾ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗ੍ਰੰਥੀ ਸਾਹਿਬਾਨ ਦਾ, ਸਾਰਿਆਂ ਦਾ ਜਿਹੜਾ ਤਹਿ ਦਿਲੋਂ ਧੰਨਵਾਦ। ਬਾਰੇ ਦੀ ਪਾਕਿਸਤਾਨ ਦੇ ਇਹਨਾਂ ਸਿੱਖਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸੇਵਾ ਕੀਤੀ ਹੈ, ਇਹਦੇ ਲਈ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਦਾਸ ਆਪ ਸਭ ਦਾ ਜਿਹੜਾ ਇੱਕ ਵਾਰੀ ਫਿਰ ਧੰਨਵਾਦ ਕਰਦਾ ਸੇਵਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਹ ਸਨ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਹੁਣ ਮੈਂ ਇੱਕ ਦੋ ਬੇਨਤੀਆਂ ਕਰਨਾ ਚਾਹ ਰਿਹਾ ਹਾਂ ਕਿ ਇਹ ਸਾਰੇ ਤੁਹਾਡੇ ਸੇਵਾ ਸੰਭਾਲ ਦੇ ਵਿੱਚ ਸਾਡੀ ਜਿਹੜੀ ਲੋਕਲ ਐਡਮਿਨਿਸਟ੍ਰੇਟਰ ਹੈ ਔਰ ਖਾਸ ਕਰਕੇ ਅਜੀਤ ਗਿਲਾਨੀ ਸਾਹਿਬ ਜਿਹੜੇ ਸਾਡੇ ਨਨਕਾਣਾ ਸਾਹਿਬ ਦੇ ਕੇਅਰ ਟੇਕਰ ਨੇ, ਇਹ ਦਿਨ ਰਾਤ ਇਹ ਕਰਕੇ ਅੱਜ ਤੱਕ ਜਥਾ ਥੋੜ੍ਹਾ ਜਿਹਾ ਘੱਟ ਹੈ ਲੇਕਿਨ ਜਦੋਂ 10,000 ਬੰਦਾ ਵੀ ਹੁੰਦਾ ਹੈ ਇਹ ਦਿਨ ਰਾਤ ਇਹ ਕਰਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਨ। ਇਸੇ ਤਰ੍ਹਾਂ ਸਾਡੀ ਟੀਮ, ਸਾਡੇ ਸੈਕਟਰੀ ਸਾਹਿਬ, ਅਡੀਸ਼ਨਲ ਸੈਕਟਰੀ ਸਾਹਿਬ, ਇਹ ਸਾਰੇ ਤੁਹਾਡੀ ਖਿਦਮਤ 'ਚ ਹਾਜ਼ਰ ਹਨ। ਹੁਣ ਮੈਂ ਬੇਨਤੀ ਕਰਾਂਗਾ ਵਾਹਿਗੁਰੂ ਅਹਿਤਰਾਮ ਜਨਾਬ ਅਜਿਹਾਲੀ ਗ੍ਰਾਮੀ ਜਨਾਬ ਤਾਰਕ ਵਜ਼ੀਰ ਸਾਹਿਬ ਸੈਕਟਰੀ ਸ਼ਾਇਨ ਰੈਗੂਲੇਸ਼ਨ ਪ੍ਰਾਪਰਟੀ ਬੋਰਡ ਕਿ ਉਹ ਆਮ ਆਪਣੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਜਨਾਬ ਤਾਰਕ ਵਜ਼ੀਰ ਸਾਹਿਬ ਸਰਦਾਰ ਬਿਸ਼ਨ ਸਿੰਘ, ਸਰਦਾਰ ਗੋਪਾਲ ਸਿੰਘ ਚਾਵਲਾ, ਹਮਾਰੇ ਜਿੰਨੇ ਵੀ ਪੁਰਾਣੇ ਮੈਂਬਰ ਹੈ,
سب نے کہا کہ نہیں اس دفعہ ہم زیادہ لوگوں کو انٹرٹین کریں گے. ہم نے فیصلہ کیا کہ 6,000 انڈین یاتریز کو ہم انٹرٹین کریں گے. ہم جب گورنر صاحب کے پاس گئے, ہمارے جو پنجاب کے گورنر ہیں غلام سرور صاحب, وہ ہمارے ایک کمیٹی کو ہیڈ کر رہے ہیں, اس نے کہا کنجوسی نہ کرو, جتنے بھی زیادہ آپ انٹرٹین کر سکتے ہو کرو. تو ہم نے ابھی اس دفعہ لمٹ رکھی ہے 10,000. انڈیا سے آنے والے 10,000 لوگوں کو ہم انٹرٹین کریں گے. اسی طرح ہمارے باہر دنیا سے آنے والے جو ہمارے جو ڈایاسپورا ہیں, جو ہمارے سکھ یاتریز ہیں, امریکہ سے جو لوگ آ رہے ہیں, کینیڈا سے آ رہے ہیں, یو کے سے آ رہے ہیں, ان کے لیے بھی ہم کوشش کریں کہ ان کو بھی ہم 10,000 ویزے ان کو ہم دیں. اسی طرح ہماری لوکل سنگت سکھ کمیونٹی نانک نام لے گا, یہاں پہ ایک ٹھیک ٹھاک کراؤڈ جمع ہو جاتا ہے. اس دفعہ ہمارے اوپر رسپانسبلٹی بہت زیادہ ہے. ہماری جو نئی پی ایچ پی سی ہے وہ تھوڑی سی انکسپیرئنس ہے, بٹ ماشاء اللہ دے آر ٹیلنٹڈ. ہماری 3-4 میٹنگ جو ہو گئی ہیں ان کا پتہ چل گیا ہے کہ کوئی کسی سے کم نہیں ہے. ایوری باڈی از سو ٹیلنٹڈ, اور انشاءاللہ یہ چیلنج ہم قبول کرنے کے لیے تیار ہیں. ابھی ہمارے پاس جو 2 ایونٹس ہیں, 1 نومبر میں ہمارے پاس کرتارپور کوریڈور کے تھرو 5,000 انڈین یاتریز آنا شروع ہو جائیں گے, اور اس چیلنج کو مٹ کرنے کے لیے ایونٹ جسٹ پراپرٹی بورڈ اور پاکستان سکھ گرودوارا پربندھک کمیٹی پوری طرح تیار ہے. اسی طرح 10,000 آپ انڈیا سے آنے والے جو ہمارے سکھ بھائی ہیں وہ یہاں پہ بھی آئیں گے. 60,000 سے 50,000 سے لے کے 1,00,000 تک کراؤڈ یہاں پہ جمع ہوگا اس مین آستان میں. ہماری کوشش ہے, یہ دیکھو یہ آپ کی مین آستان ہے, یہاں پہ پاکستان میں جو بھی ڈیولپمنٹ ہوگی وہ آپ کے مشورے سے ہوگی. ہم کوئی اپنا ڈیسیجن نہیں لیں گے جب تک آپ لوگ آن بورڈ نہیں ہوں گے. آپ کا فرض بنتا ہے, چونکہ انڈیا میں سب سے بڑی جو سکھ کمیونٹی ہے وہ انڈیا میں رہ رہی ہے, اور جو ہماری سب سے بڑی کمیونٹیز ہیں وہ بھی انڈیا میں رہ رہی ہے. آپ کا بھی فرض بنتا ہے کہ آپ نے بڑے پن کا مظاہرہ کرنا ہے, آپ نے ہر فورم پہ ہمیں سپورٹ کرنا ہے. یہاں پہ ہماری کمیونٹی کم ہے, سکھ کمیونٹی, بٹ الحمدللہ دے آر یونائٹیڈ اینڈ دے آر اسٹرانگ انف, دے کین میک اینی چیلنج. آپ نے صرف ہمیں سپورٹ کرنا ہے, ہمارے اوپر آپ نے ہاتھ رکھنا ہے, باقی کمی بیشی چلتی رہتی ہے. آپ لوگوں کو نگر کیرتن کی بھی مبارک ہو, یہ جو سیلیبریشن چل رہے ہیں یہ بھی آپ لوگوں کو مبارک ہو. میں اور میرے ساتھ جو ڈپٹی سیکرٹری شرائن ہیں, عمران گوندل اور پوری ہماری پی ایچ ڈی پی سی بیٹھی ہوئی ہے, آپ لوگوں کے ساتھ شرکت کرنے کے لیے نگر کیرتن جب ہم نکالیں گے یہاں سے, آپ لوگوں کے ساتھ شرکت کرنے کے لیے یہاں پر ہم تشریف لیں گے آئے. تو واہ گرو جی کا خالصہ واہ احسان. جناب محترم کار وزیر صاحب, سیکٹری صاحب, ریٹو نیشنلٹی بورڈ, انہوں کا بہت یوگدان ہے, انہوں نے سلام ہیں, تو انہوں کا بہت بہت دھنیواد. ہوں میں بےنتی کروں گا آخر میں ناری کی مادہ جا چکا ہاں سردار منجیندر سنگھ سیسان کو کہ وہ ایک منٹ واسطے پتہ بلا لیں, ٹائم بہت کٹ گیا. بہت ہی سرکاری ہوں گے جناب شری رام گڑھ صاحب, جناب پی سی جی, پراپرٹی بورڈ نے, سارے اتارٹی, پنجاب کی پولیس نے جس طریقے کی ساری آمد کی, جو تھی سارا مان کیتا ہے, میں خاص طور پہ پردھان صاحب سال سربند سنگھ جی کا, سارے اچھی سرکاریوں سکتر صاحب وزیر سنگھ جی کا, سردار بشن سنگھ جی کا, میں انہوں سارے کا ہی دل دن لائن سے دھنیہ کرنا ہے. اور جن اکال تخت صاحب کے جتھے دار صاحب نے انہیں فرمان کیتا ہے کہ تھوڑے مسئلے ظاہر اسی مل کے حل کرنے ہیں, اور سارے واسطے ایک سنہری موقع ہے سنگت استھان پہ جس کے سیاحیاں سارے کو خاص نہیں ہے. وزیر صاحب, سارے وزیر اعظم صاحب کو سارے سارے منوں میں دسو جی اس مقدس دھرتی کے جتنے سے آئے ہیں, ساری کائنات آج اس دھرتی کو سجدہ کر رہی ہے, سلام کر رہی ہے. سارے 500 سالہ پرکاش کو آمدن کی خوشیاں کے اندر آج ساری دنیا جگمگ جگمگ کر رہی ہے. تسی کبھی اس کی اگر خواب اندر نہیں, اگر دن میں تسی اثر کو خواب دیکھنا چاہو, دن میں جا
ਜਿਹੜਾ ਸਭ ਤੋਂ ਖੂਬਸੂਰਤ ਹੋਵੇ ਪਰ ਉਹ ਖਾਸ ਕਿਸ ਤੋਂ ਖੂਬਸੂਰਤ ਹੋ ਸਕਦਾ ਜੋ ਮੈਂ ਦੇਖਣ ਸਾਰਾ ਤੁਸੀਂ ਦੇਖਣ ਜਾ ਰਹੇ ਸੀ ਤਾਂ ਮੈਂ ਆਪਣੀ ਬੇਨਤੀ ਕਰੀ ਚੋ ਮੇਰੇ ਕੋਲ ਬਾਸ ਨਹੀਂ ਨਾ ਮੇਰੇ ਕੋਲ ਬਾਸਾ ਨਹੀਂ ਪਈ ਕਾਹ ਦਾ ਮੈਂ ਤੁਹਾਡੇ ਵਜ਼ੀਰ ਆਜ਼ਮ ਸਾਹਿਬ ਦਾ ਆਪਣੇ ਮੁਲਕ ਦੇ ਵਜ਼ੀਰ ਆਜ਼ਮ ਸਾਹਿਬ ਦਾ ਸਾਡੇ ਮੁਲਕ ਦੀ ਸਾਰੀ ਆਮਦ ਸਾਰੇ ਲੋਕਾਂ ਦਾ ਮੈਂ ਦੇਖਿਆ ਕਰੀ ਚੋ ਧੰਨਵਾਦ ਕਰਦਾ ਜਿਹੜਾ ਕਰਤਾਰਪੁਰ ਦਾ ਤੁਸੀਂ ਤੋਹਫਾ ਸਾਡੀ ਸਿੱਖ ਕੌਮ ਦਿੱਤਾ ਹੈ ਮੈਂ ਸਾਰੀ ਕਮੇਟੀ ਦਾ ਸਿਰ ਲਾ ਕੇ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ ਆਪਦੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਮੈਨੂੰ ਵੀ ਤੁਸੀਂ ਇੱਥੇ ਬੋਲਣ ਦਾ ਇਸ ਮੁਕੱਦਸ ਸਥਾਨ ਤੇ ਮੌਕਾ ਦਿੱਤਾ ਹੈ ਇਸ ਮੌਕਾ ਕੇ ਤੋਂ ਕੋਈ ਬੇਸ਼ਾ ਮੌਕਾ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਬਾਤ ਹੈ ਗੁਰੂ ਜੀ ਪਿਆਰੇ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੈਜ਼ੀਡੈਂਟ ਪਾਕਿਸਤਾਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਧਰਤੀ ਤੇ ਆ ਕੇ ਸਾਨੂੰ ਉਹਨਾਂ ਦੇ ਉੱਥੇ ਦਰਸ਼ਨ ਦੀਦਾਰੀ ਕਰਾ ਦਿੱਤੇ ਤੇ ਇਸ ਤੋਂ ਇਲਾਵਾ ਤੁਹਾਨੂੰ ਸਾਰੀ ਸੰਗਤਾਂ ਨੂੰ ਇਹ ਜਿਹੜਾ ਨੈਸ਼ਨਲ ਨਗਰ ਕੀਰਤਨ ਹੋ ਰਿਹਾ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈਕਟ ਟਰਸਟ ਪ੍ਰਾਪਰਟੀ ਬੋਰਡ ਵੱਲੋਂ
ਗਵਰਨਮੈਂਟ ਆਫ ਪਾਕਿਸਤਾਨ ਵੱਲੋਂ ਜਿਹੜੇ ਸਾਡੇ ਮੌਜੂਦ ਮਹਿਮਾਨ ਆਏ ਨੇ, ਇਹਨੇ ਮਾਂ ਸ਼ਖਸੀਅਤਾਂ ਆਈਆਂ ਨੇ। ਮੈਂ ਪ੍ਰੇਮ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਉਹਨਾਂ ਕੋਲ ਇਸ ਨੇ ਕਿ ਉਹ ਫਰਦਰ ਅਸੀਂ ਨਾਮ ਉਹਨਾਂ ਦੇ ਕਰਾਂਗੇ ਅਤੇ ਗੁਰਦੁਆਰਾ ਦੀ ਬਖਸ਼ਿਸ਼ ਹੈ। ਮੈਂ ਬੇਨਤੀ ਕਰਾਂਗਾ ਸਾਡਾ ਪ੍ਰੇਮ ਸਿੰਘ ਜੀ ਨੂੰ ਕਿ ਉਹ ਨਾਮ ਦਿੱਤੀ ਕਿਸੇ ਨੇ ਜਿਹੜੇ ਮੈਂ ਬੈਠੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਉਹ ਸਟੇਜ 'ਤੇ ਆ ਜਾਣ ਤਾਂ ਕਿ ਅਸੀਂ ਇਹਨਾਂ ਨੂੰ ਸਨਮਾਨ ਕਰੀਏ। ਸਾਰੇ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਪਾਕਿਸਤਾਨ ਸ਼੍ਰੀ ਗੁਰਦੁਆਰਾ ਪ੍ਰਬੰਧਨ ਕਮੇਟੀ ਕਿ ਉਹ ਆ ਜਨਤਾ ਵਧੀਆ ਸਭ ਚਰਨਾਂ ਵਿੱਚ ਬੇਨਤੀ ਹੈ ਉਹ ਵੀ ਸਟੇਜ 'ਤੇ ਆ ਜਾਣ। ਆਪੇ ਬੁਲਾਉਣਗੇ ਆਏ ਹੋਈਆਂ ਮਹਾਨ ਹਸਤੀਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਜੈ ਜਗਤਾਰ ਸਿੰਘ ਜੀ, ਐਮਐਲਏ ਸ੍ਰੀ ਹਰਿਮੰਦਰ ਸਾਹਿਬ, ਜੋ ਬਲਾਕ ਪ੍ਰਸ਼ਾਸਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚੇ ਹਨ, ਸਭ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਨਾਲ ਉਹ ਸਨਮਾਨ ਕਰਨਗੇ ਪਾਕਿਸਤਾਨ ਸਰਦਾਰ ਅਕਾਲ ਸਿੰਘ ਜੀ ਨੇ
ਇਸ ਤੋਂ ਉਪਰੰਤ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਜੀ ਭਾਟੀਆ ਪ੍ਰਧਾਨ ਕੇਂਦਰੀ ਸ੍ਰੀ ਸਭਾ ਬੇਨਤੀ ਹੈ ਜੀ ਸਰਦਾਰ ਪੀ ਐਸ ਪੀ ਸਿੱਖਿਆ ਸਾਹਿਬ ਜੀ ਤੋਂ ਹਜ਼ੂਰ ਸਾਹਿਬ ਤੋਂ ਆਏ ਨੇ ਗੁਰਡ ਤੋਂ ਸਰਦਾਰ ਵੀਰ ਸਿੰਘ ਜੀ ਮੁੱਖ ਸਕੱਤਰ ਪਾਕਿਸਤਾਨ ਸੇਵਾ ਪ੍ਰਬੰਧਕ ਨਾਲ ਬੇਨਤੀ ਸੀ ਗਿਆਨੀ ਗੋਪਾਲ ਪ੍ਰਕਾਸ਼ ਸਰਦਾਰ ਵੀਰ ਸਿੰਘ ਜੀ ਸਰਦਾਰ ਕਰਨੈਲ ਸਿੰਘ ਜੀ ਬੇਨਤੀ ਹੈ ਗਿਆ ਕਿ ਗੁਰੂ ਘਰ ਦੀ ਬਖਸ਼ ਕਿਰਪਾ ਪੀ ਐਸ ਸੀ ਵਿਸ਼ਵ ਪ੍ਰਵਾਨ ਕਰ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਦਰਬਾਰਾ ਸਿੰਘ ਜੀ ਸਰਕਾਰ ਸੋ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਅਜੀਤ ਹਸਤੀਆਂ ਆਈਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਕੱਤਰ ਸਾਹਿਬਾਨ ਸੈਕਟਰੀ ਸਾਹਿਬਾਨ ਪੰਜਾਬ ਬੋਰਡ ਦੇ ਜਨਾਬ ਤਾਰਕ ਸ਼ਰੀਫ ਖਾਨ ਜੀ ਪਿੱਛੇ ਨੂੰ ਸਨਮਾਨ ਕਰਨ ਲਈ ਪਾਕਿਸਤਾਨ ਬੇਨਤੀ ਹੈ ਜੋ ਇਮਰਾਨ ਖਾਨ ਜੀ ਗੁਰਦਰ ਸਾਹਿਬ ਜੀ ਨਾਲ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਸਰਦਾਰ ਅਮੀਰ ਸਿੰਘ ਜੀ ਜਨਰਲ ਸਕੱਤਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਇਮਰਾਨ ਗੁਰਦਰ ਸਾਹਿਬ ਜੀ ਜੋ ਸੱਤਾ ਦੀ ਸੇਵਾ ਵਿੱਚ ਹਰ ਵਕਤ ਮੌਜੂਦ ਸੰਗਤਾਂ ਦਾ ਬਹੁਤ ਉਤਸ਼ਾਹ ਪਿਆਰ ਇਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਬੇਨਤੀ ਕਰਾਂਗਾ ਉਪਰੰਤ ਸਰਦਾਰ ਬਿਸ਼ਨ ਸਿੰਘ ਜੀ ਸਾਬਕਾ ਪ੍ਰਧਾਨ ਦੇ ਨਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਤਾਰਾ ਸਿੰਘ ਸਾਬਕਾ ਪ੍ਰਧਾਨ ਉਪਰੰਤ ਸਰਦਾਰ ਬਿਸ਼ਨ ਸਿੰਘ ਜੀ ਸਾਬਕਾ ਪ੍ਰਧਾਨ ਦੇ ਨਾਲ ਬੇਨਤੀ ਹੈ ਕਿ ਆਪਣਾ ਜੋ ਸਨਮਾਨ ਡਾਕਟਰ ਮਹੀਪਾਲ ਸਿੰਘ ਜੀ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਆਪਣਾ ਸਨਮਾਨ ਪ੍ਰਾਪਤ ਕਰਨ
ਸਰਦਾਰ ਵਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਮੈਂਬਰ ਹਨ, ਸਰਦਾਰ ਰਵਿੰਦਰ ਸਿੰਘ ਜੀ, ਡਾਕਟਰ ਮਹੀਪਾਲ ਸਿੰਘ ਜੀ, ਸਰਦਾਰ ਸਰਬੰਤ ਸਿੰਘ ਜੀ, ਡਾਕਟਰ ਮਹੀਪਾਲ ਸਿੰਘ ਜੀ, ਸਰਦਾਰ ਰਵਿੰਦਰ ਸਿੰਘ ਜੀ ਪੀ ਐਸ ਜੀ ਪੀ ਸੀ ਦੇ ਮੈਂਬਰ, ਸਰਦਾਰ ਰਣਜੀਤ ਸਿੰਘ ਜੀ ਪੀ ਐਸ ਜੀ ਪੀ ਸੀ ਦੇ ਮੈਂਬਰ, ਸਰਦਾਰ ਸਾਗਰ ਸਿੰਘ ਜੀ, ਸਰਦਾਰ ਸਰਬੱਤ ਸਿੰਘ ਜੀ ਸੀਨੀਅਰ, ਸਰਦਾਰ ਸਰਬੱਤ ਸਿੰਘ ਜੀ ਸੀਨੀਅਰ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਸਾਗਰ ਸਿੰਘ ਜੀ, ਸਰਦਾਰ ਵਿਕਾਸ ਸਿੰਘ ਜੀ, ਸਾਗਰ ਸਿੰਘ ਜੀ ਸਾਨੂੰ ਬਹੁਤ ਖੁਸ਼ੀ ਹੈ, ਥੋੜਾ ਵੀਰੇ ਰੱਖਤਾ ਗੁਰੂ ਘਰ ਜੀ, ਗੁਰੂ ਘਰ ਜੀ ਗੁਰੂ ਘਰ ਜੀ ਗ੍ਰੰਥੀ ਸਿੰਘਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਫਟੇਗਾ ਤਾਂ ਨਾਲ ਵਧੇਗਾ।
ਤੇਰੇ ਕੱਪੜਿਆਂ ਦਾ ਕਾਰੋਬਾਰ ਕੀ ਹੈ ਇੱਥੇ? ਇਹਦੇ ਨਾਲ ਕਿੱਥੇ ਥੋੜ੍ਹਾ ਜਿਹਾ ਤੇਰਾ ਰੋਸ਼ਨੀ ਆ ਰਹੀ ਥੋੜ੍ਹਾ ਜਿਹਾ ਕੋਈ ਗੱਲ ਨਹੀਂ, ਫੋਟੋ ਵੀ ਖਿੱਚ ਰਹੇ ਹੋ ਕਿ ਲਾਈਵ ਚਲਾ ਰਹੇ ਸਰ? ਲਾਈਵ ਵਾਹ ਵਾਹ, ਚਲੋ ਮੈਂ ਸ਼ੇਅਰ ਕਰ ਦਿੰਦਾ ਲੇਟ ਚਲਾ ਕੇ। ਤੁਸੀਂ ਉਹਦੇ ਵਿੱਚ ਲਿਖਿਆ ਕਰੋ ਨਾ, ਟੇਕ ਕਰ ਦਿਆ ਕਰੋ, ਖਾਸ ਕਰਕੇ ਮੈਂਬਰਾਂ ਨੂੰ ਤਾਂ ਟੇਕ ਕਰ ਦਿਆ ਕਰੋ, ਮੈਂਬਰ ਐਡ ਨੇ। ਹਾਂਜੀ, ਬਾਕੀ ਤੁਸੀਂ ਸ਼ਰਮਾ ਤੋਂ ਕੋਈ ਨਹੀਂ।